ਜੀ ਦੋਸਤੋ ਲਓ ਜੀ ਆ ਗਏ ਉਹ ਪਲ ਜਿਨ੍ਹਾਂ ਦਾ ਸਾਨੂੰ ਸੀ ਜੀ ਇੰਤਜ਼ਾਰ। ਸਾਡੇ ਜਿਹੜੇ ਮਹਿਮਾਨ ਆ ਉਹ ਸਟੂਡੀਓ ਵਿੱਚ ਪਹੁੰਚ ਚੁੱਕੇ ਆ ਜੀ, ਉਹਨਾਂ ਨੇ ਕਰਾਉਣੇ ਆ ਜੀ ਤੁਹਾਡੀ ਮੁਲਾਕਾਤ। ਪਰ ਉਸ ਤੋਂ ਪਹਿਲਾਂ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਛੋਟਾ ਜਿਹਾ ਹਿੰਟ ਦੇ ਦਈਏ ਕਿ ਕੌਣ ਆ ਉਹ ਸੱਜਣ, ਇਸ ਗਾਣੇ ਦੇ ਰਾਹੀਂ ਤੁਹਾਨੂੰ ਖੁਦ ਪਤਾ ਲੱਗ ਜਾਊਗਾ ਜੀ। ਜਿਹੜਾ ਤੁਸੀਂ ਬਿਲਕੁਲ ਜਾਣ ਗਏ ਹੋਣਗੇ ਕਿ ਕਿੰਨਾ ਦੀ ਆਵਾਜ਼ ਦੇ ਵਿੱਚ ਕੌਣ ਆ ਉਹ ਸਾਡੇ ਸੱਜਣ ਜਿਹੜੇ ਅੱਜ ਸਟੂਡੀਓ ਵਿੱਚ ਪਹੁੰਚੇ ਹੋਏ ਨੇ। ਮੈਂ ਤੁਹਾਡੇ ਨਾਲ ਰੂਬਰੂ ਕਰਾਉਣ ਰਿਹਾ ਜੀ ਪ੍ਰਗਟ ਪੰਡਾਲ ਜੀ ਨੂੰ। ਵਾਹ ਜੀ ਬਲ ਸਾਹਿਬ, ਬਹੁਤ ਪਿਆਰ ਭੈਣ ਜੀ ਕੀ, ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ। ਕਹਿੰਦਾ ਵੀ ਚੰਗੇ ਲੇਖ ਨਸੀਬ ਜ ਹੋਣ। ਵਾਹ ਜੀ ਵਾਹ, ਚੰਗੇ ਲੇਖ ਨਸੀਬ ਜ ਹੋਣ, ਮਿਲਦੇ ਸੱਜਣ ਪਿਆਰੇ, ਬਿਨਾ ਮਲਾ ਦੇ ਬੇੜੀ ਸੱਜਣਾ ਲੱਗਦੀ ਨਹੀਂ ਕਿਨਾਰੇ। ਵਾਹ ਜੀ ਵਾਹ, ਆਖਣ ਸੱਚ ਸਿਆਣੇ ਲੱਕੜੀ ਲੋਹੇ ਨੂੰ ਵੀ ਤਾਰੇ, ਤੇ ਕਰਮਾਂ ਦੇ ਨਾਲ ਸੱਜਣ ਮਿਲਦੇ ਸੱਜਣ ਹੋਣ ਨਾ ਸਾਰੇ। ਵਾਹ ਸਤਿਗੁਰ ਦਾ ਲੜ ਫੜਿਆ ਹੋਵੇ, ਮੁਰਸ਼ਦ ਦਾ ਲੜ ਫੜਿਆ ਹੋਵੇ, ਬੰਦਾ ਲੱਗਦਾ ਪਾਰ ਕਿਨਾਰੇ, ਤੇ ਚੰਗਿਆਂ ਦੇ ਲੜ ਲੱਗ ਜਾ ਤੈਨੂੰ ਪਿਆਰ ਕਰਨਗੇ ਸਾਰੇ। ਚੰਗਿਆਂ ਦੇ ਲੜ ਲੱਗ ਜਾ ਤੈਨੂੰ ਪਿਆਰ ਕਰਨਗੇ ਸਾਰੇ। ਰੇਡੀਓ ਪੰਜ ਦੇ ਤਮਾਮ ਸਰੋਤਿਆਂ ਨੂੰ ਤੇ ਰੱਬ ਵਰਗੇ ਸਰੋਤਿਆਂ ਨੂੰ ਮੇਰੇ ਵੱਲੋਂ, ਜਾਣੀ ਕਿ ਪ੍ਰਗਟ ਪੜਾੜ ਵੱਲੋਂ, ਜਿੰਦਰ ਪੜਾੜ ਵੱਲੋਂ, ਸੰਧੂ ਸਾਹਿਬ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ, ਸਲਾਮ ਅਲੈਕੁਮ, ਨਮਸਕਾਰ। ਬਿਲਕੁਲ ਜੀ, ਤੇ ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਪਿਆਰ ਭਰੀ ਨਿੱਘੀ ਨਿੱਘੀ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ ਕਹਿੰਦੇ ਰੇਡੀਓ ਪੰਜ ਦੇ ਵਿਹੜੇ ਦੇ ਵਿੱਚ, ਨਾਲੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਬਿਲਕੁਲ ਜੀ, ਤੇ ਨਾਲ ਦੀ ਨਾਲ ਅਸੀਂ ਤੁਹਾਨੂੰ ਉਸ ਚੀਜ਼ ਦੀਆਂ ਵੀ ਬਹੁਤ ਬਹੁਤ ਮੁਬਾਰਕਾਂ ਦੇਵਾਂਗੇ ਜਿਨ੍ਹਾਂ ਦਾ ਕਰਕੇ ਤੁਸੀਂ ਅੱਜ ਇੱਥੇ ਪਹੁੰਚੇ ਹੋ ਜੀ। ਅਸੀਂ ਆਪਣੀ ਪੂਰੀ ਮੈਨੇਜਮੈਂਟ ਤੇ ਟੀਮ ਵੱਲੋਂ ਆਪ ਨੂੰ ਬਹੁਤ ਬਹੁਤ ਮੁਬਾਰਕਾਂ ਪੇਸ਼ ਕਰਦੇ ਹਾਂ ਜੀ। ਬੜੀ ਮਿਹਰਬਾਨੀ, ਸ਼ੁਕਰੀਆ ਮਿਹਰਬਾਨੀ। ਅੱਜ ਜਿਹੜੇ ਮਕਸਦ ਲਈ ਆਏ ਆ ਉਹ ਤੁਸੀਂ ਆਪਣੀ ਜ਼ਬਾਨ ਵਿੱਚ ਦੱਸੋ ਜੀ। ਵਾਹ ਵਾਹ, ਪਹਿਲਾਂ ਛੋਟੀ ਜਿਹੀ ਗੱਲ, ਹਾਂਜੀ ਦਾਸ ਛੋਟੀ ਜਿਹੀ ਗੱਲ ਕਰਦਾ ਪਹਿਲਾਂ ਆਪਣੇ ਬਲ ਸਾਹਿਬ, ਕਹਿੰਦਾ ਵੀ ਹੀਲਾ ਕਰਨਾ ਪੈਂਦਾ ਹੀਲੇ ਨਾਲ ਵਸੀਲਾ ਬਈ, ਹੀਲਾ ਕਰਨਾ ਪੈਂਦਾ ਹੀਲੇ ਨਾਲ ਵਸੀਲਾ ਬਈ, ਵਧਾਈ ਦਾ ਹੱਕਦਾਰ ਹੈ ਆਪਣਾ ਸ਼ਿੰਦਾ ਸਰੀਲਾ ਬਈ, ਵਧਾਈ ਦਾ ਹੱਕਦਾਰ ਹੈ ਸ਼ਿੰਦਾ ਸਰੀਲਾ ਬਈ, ਜਿਹਨੇ ਇਹ ਰਡਾਰ ਲਾਇਆ ਚੰਗਾ ਰੇਡੀਓ ਪੰਜ ਇਹ ਸ਼ੁਰੂ ਕਰਕੇ, ਔਰ ਬਹੁਤ ਵਧੀਆ ਇੱਕ ਪਰਿਵਾਰਕ ਮਾਹੌਲ ਸਿਰਜਿਆ ਹੋਇਆ, ਸਾਰੀ ਕੰਟਰੀ ਨਹੀਂ ਬਲਕਿ ਆਲ ਓਵਰ ਦਾ ਵਰਲਡ। ਇਹ ਬਹੁਤ ਹੀ ਮਤਲਬ ਲੋੜ ਸੀ ਇੱਕ ਕੰਟਰੀ ਦੇ ਵਿੱਚ ਇਸ ਤਰ੍ਹਾਂ ਦੇ ਰੇਡੀਓ ਦੀ, ਜੋ ਕਿ ਕਮਿਊਨਿਟੀ ਦੀ ਗੱਲਬਾਤ ਕਰਦਾ, ਕਮਿਊਨਿਟੀ ਦੇ ਨਾਲ ਸਾਂਝ ਪਾਉਂਦਾ, ਆਪਸ ਵਿੱਚ ਸਾਂਝ ਪੈਂਦੀ, ਪਿਆਰ ਵੱਧਦਾ। ਇਹ ਬਹੁਤ ਹੀ ਵਧੀਆ ਵਸੀਲਾ ਇਹਨਾਂ ਨੇ ਕੀਤਾ। ਸਭ ਤੋਂ ਪਹਿਲਾਂ ਰੇਡੀਓ ਪੰਜ ਦੀ ਸਾਰੀ ਟੀਮ ਨੂੰ
ਇਹਨਾਂ ਨੂੰ ਅਸੀਂ ਆਪਣੇ ਦੇਸੀ ਬੋਏ ਯੂਕੇ ਜਿੰਦਰ ਭੰਡਾਰ ਤੇ ਪ੍ਰਗਣ ਭੰਡਾਰ ਵੱਲੋਂ ਮੁਬਾਰਕਬਾਦ ਦਿੰਦੇ ਹਾਂ। ਨਾਲ ਹੀ ਸਾਡੇ ਭਾਜੀ ਬਾਲੀ ਸੰਧੂ ਜੀ TNJ ਰੈਕੋਰਡ ਹਾਜੀ ਦੇ ਮਾਲਕ ਜਿਹਨਾਂ ਦੇ ਲੇਬਲ ਦੇ ਉੱਤੇ ਇਹ ਗਾਣਾ ਰਿਲੀਜ਼ ਹੋਇਆ, ਤੋ ਬਹੁਤ ਬਹੁਤ ਸ਼ੁਕਰੀਆ ਸਾਨੂੰ ਬੁਲਾਉਣ ਵਾਸਤੇ। ਥੈਂਕ ਯੂ ਜੀ, ਤੇ ਨਾਲ ਦੀ ਨਾਲ ਅਸੀਂ ਭਾਜੀ ਹੋਣਾਂ ਦਾ ਵੀ ਸ਼ੁਕਰੀਆ ਕਰਾਂਗੇ ਬਾਲੀ ਸੰਧੂ ਜੀ ਦਾ। ਹਾਂਜੀ ਹਾਂਜੀ, ਸਾਰਿਆਂ ਤੋਂ ਪਹਿਲਾਂ ਤਾਂ ਜੀ ਰੇਡੀਓ 5 ਦੇ ਜਿੰਨੇ ਵੀ ਸਰੋਤੇ ਆ ਸਾਰਿਆਂ ਨੂੰ ਬਹੁਤ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਤਾਂ ਬਹੁਤ ਤੁਸੀਂ ਵਧਾਈ ਦੇ ਪਾਤਰ ਆ, ਸਾਨੂੰ ਬੜਾ ਬੜਾ ਤੁਹਾਡਾ ਥੈਂਕ ਯੂ, ਤੁਸੀਂ ਸਾਨੂੰ ਟਾਈਮ ਵੀ ਦਿੱਤਾ। ਤਾਂ ਬਿਲਕੁਲ ਜੀ, ਇਹ ਤੁਹਾਡਾ ਕਿਉਂਕਿ ਕਮਿਊਨਿਟੀ ਦਾ ਤੁਹਾਡਾ ਆਪਣਾ ਰੇਡੀਓ ਸਟੇਸ਼ਨ ਹੈ ਜੀ, ਜਦੋਂ ਮਰਜ਼ੀ ਤੁਸੀਂ ਹੈਵੀ ਲੋਕਲ ਆ ਤਾਂ ਫਿਰ ਕੋਈ ਗੱਲ ਨਹੀਂ, ਘਰ ਵਾਲੀ ਗੱਲ ਹੈ, ਆਪਣਾ ਰੇਡੀਓ ਵੀ ਸਭ ਦਾ ਸਾਂਝਾ ਜੀ। ਬਿਲਕੁਲ ਜੀ, ਘਰ ਦੀ ਗੱਲ ਹੈ ਜੀ। ਹਾਂਜੀ, ਤੇ ਭੰਡਾਰ ਸਾਹਿਬ ਜੀ, ਜਿਹੜਾ ਤੁਹਾਡਾ ਨਵਾਂ ਗਾਣਾ ਆਇਆ ਜੀ, ਜਿਹੜਾ ਕਿ ਬਹੁਤ ਨੂੰ ਭਰਵਾਂ ਹੰਗਾਰਾ ਮਿਲ ਰਿਹਾ ਜੀ, ਤੇ ਅਸੀਂ ਵੀ ਸੁਣਿਆ, ਸਾਨੂੰ ਵੀ ਬਹੁਤ ਵਧੀਆ ਲੱਗਿਆ ਜੀ। ਜੀ, ਤੇ ਇਹ ਗਾਣਾ ਜਿਹੜਾ ਲਿਖਿਆ ਸਾਡੇ ਜਿੰਦਰ ਭੰਡਾਰ ਜੀ ਨੇ ਜੀ, ਇੱਕ ਭੰਡਾਰ ਸਾਹਿਬ ਜੀ ਕੀ ਆਈਡੀਆ ਆਇਆ, ਕੀ ਸੋਚ ਕੇ ਜਾਂ ਕਿਹੜੇ ਹਾਲਾਤ ਬਣੇ ਜਿਨ੍ਹਾਂ ਦੇ ਵਿੱਚ ਇਹ ਗਾਣਾ ਤੁਸੀਂ ਲਿਖਿਆ? ਹਾਂਜੀ, ਇਹ ਬਹੁਤ ਵਧੀਆ ਸਵਾਲ ਤੁਸੀਂ ਕੀਤਾ। ਦਾਸ ਨੂੰ ਅਕਸਰ ਇੰਡੀਆ ਜਾਣ ਦਾ ਮੌਕਾ ਮਿਲਦਾ ਰਹਿੰਦਾ, ਤਕਰੀਬਨ ਪਿਛਲੇ 5-7 ਸਾਲ ਤੋਂ ਲਗਾਤਾਰ ਹੀ ਉੱਥੇ। ਫਿਰ ਤੁਹਾਨੂੰ ਪਤਾ ਜਦੋਂ ਜਾਈਦਾ ਤੇ ਕੋਈ ਨਾ ਕੋਈ ਵਿਆਹ ਸ਼ਾਦੀ ਰਿਸ਼ਤੇਦਾਰੀ ਵਿੱਚ ਹੁੰਦੀ ਆ, ਤੇ ਬਾਹਰੋਂ ਗਿਆ ਬੰਦਾ ਜਦੋਂ ਹੁੰਦਾ ਫਿਰ ਉਹਨੂੰ ਖਾਸ ਫਿਰ ਮਤਲਬ ਥੋੜਾ ਜਿਹਾ ਨਾ ਤਰਜੀਹ ਦਿੰਦੇ ਆ, ਨਾਲੇ ਖਾਸ ਕਰਕੇ ਜਦੋਂ ਕੋਈ ਗੀਤਕਾਰ ਹੋਵੇ ਜਾਂ ਕੋਈ ਗਵਈਆ ਹੋਵੇ ਤੇ ਉਹਨੂੰ ਫਿਰ ਮਾਣ ਬਖਸ਼ਦੇ ਆਪਣੇ ਸਾਰੇ ਰਿਸ਼ਤੇਦਾਰ ਜਿਹੜੇ ਹੁੰਦੇ ਆ ਯਾਰ ਦੋਸਤ। ਤੇ ਵਿਆਹ ਤੇ ਜਾਣ ਦਾ ਮੌਕਾ ਉੱਥੇ ਫਿਰ ਮਿਲਦਾ ਰਿਹਾ, ਤੇ 3-4 ਵਿਆਹਾਂ ਦੇ ਉੱਤੇ ਚੁੰਨੀ ਦੀ ਰਸਮ ਜਦੋਂ ਹੁੰਦੀ ਆ ਨਾ ਤੇ ਉਦੋਂ ਵੀ ਜਾਣ ਦਾ ਦਾਸ ਨੂੰ ਮੌਕਾ ਮਿਲਿਆ, ਤੇ ਉੱਥੇ ਫਿਰ ਮੈਂ ਇਹ ਦੇਖਦਾ ਹੁੰਦਾ ਸੀਗਾ ਮਤਲਬ ਵੀ ਇਹ ਚੁੰਨੀ ਜਿਹੜੀ ਹੈਗੀ ਆ ਕਿਸ ਤਰ੍ਹਾਂ ਲੜਕੇ ਵਾਲੇ ਮਤਲਬ ਲੜਕੇ ਵਾਲੇ ਲੈ ਕੇ ਆਉਂਦੇ ਆ ਬੜੇ ਪਿਆਰ ਸਤਿਕਾਰ ਨਾਲ, ਤੇ ਅੱਗੇ ਉਹ ਲੜਕੀ ਵਾਲੇ ਜਿਹੜੇ ਆ ਬੜਾ ਪਿਆਰ ਸਤਿਕਾਰ ਨਾਲ ਜੀ ਆਇਆ ਕਹਿ ਕੇ, ਹਾਂਜੀ ਉਹ ਰਸਮ ਜਿਹੜੀ ਉਹ ਦੇਖ ਕੇ ਫਿਰ ਆਈਡੀਆ ਮੇਰੇ ਆਇਆ ਮਤਲਬ ਵੀ ਚੁੰਨੀ ਜਿਹੜੀ ਆ ਇਹਦੀ ਰਿਸਪੈਕਟ ਹੋਰ ਕਿੱਦਾਂ ਵੱਧ ਸਕਦੀ ਆ, ਜਿਸ ਤਰ੍ਹਾਂ ਇਹਦੀ ਜਿਹੜੀ ਅਹਿਮੀਅਤ ਆ ਚੁੰਨੀ ਦੀ, ਜਿਸ ਤਰ੍ਹਾਂ ਦਸਤਾਰ ਆ ਸਿਰ ਤੇ ਹੁੰਦੀ ਆ ਉਹਦੀ ਅਹਿਮੀਅਤ ਆ ਇਸੇ ਤਰ੍ਹਾਂ ਚੁੰਨੀ ਦੀ ਆ, ਚਲੋ ਜੀ ਉਹਦੀ ਕਿਰਪਾ ਹੀ ਆ, ਪਰ ਤੁਹਾਡੀ ਆਪਣੀ ਵੀ ਸੋਚ ਵਿੱਚ ਜਰੂਰ ਹੁੰਦੀ ਹੈ। ਤੇ ਬਿਲਕੁਲ ਜੀ, ਅਸੀਂ ਸਾਡੇ ਵੀਰ ਬਾਲੀ ਜੀ ਜਿਹੜੇ ਆ ਇਹ ਇਹਨਾਂ ਦਾ ਆਪਣਾ ਜਿਹੜਾ TJ ਰੈਕੋਰਡ ਆ ਇਹ ਕਦੋਂ ਦੇ ਸ਼ੁਰੂ ਕੀਤਾ ਜੀ ਤੁਸੀਂ ਆਪਣਾ? ਇਹ ਭਾਜੀ ਇੰਨੀ ਜ਼ਿਆਦਾ ਪੁਰਾਣੀ ਤਾਂ ਨਹੀਂ, ਐਕਚੁਅਲੀ ਤੇ ਮੈਂ ਆਪ ਵੀ ਪਹਿਲਾਂ ਸਿੰਗਿੰਗ ਕਰ ਰਿਹਾ, ਜਿੱਦਾਂ ਤੇ ਮੇਰੇ ਵੀ ਕਈ ਟਰੈਕ ਆਏ ਆ, ਤਾਂ ਨਾਲ ਦੀ ਨਾਲ ਹੀ ਫਿਰ ਆਪਾਂ ਆਪਣੀ ਕੰਪਨੀ ਤੋਂ ਹੀ ਲਾਂਚ ਕਰਦੇ ਸੀਗੇ ਜੀ, ਤੇ ਜ਼ਿਆਦਾ ਚਿਰ ਤਾਂ ਨਹੀਂ ਹੋਇਆ, 2 ਸਾਲਾਂ ਤੋਂ ਅਸੀਂ ਆਪਣੀ ਕੰਪਨੀ ਤੋਂ ਜਿਹੜੇ ਆ ਮੇਰੇ ਟਰੈਕ ਰਿਲੀਜ਼ ਕੀਤੇ ਆ, ਕੁਛ ਹੋਰ ਜਿੱਦਾਂ ਬਾਹਰੋਂ ਵੀ ਆ ਜਾਂਦੇ ਟਰੈਕ ਅਸੀਂ ਲਾਂਚ ਕਰਦੇ ਹਾਂ। ਤੇ ਭਾਜੀ ਹੁਣਾਂ ਨਾਲ ਸਾਡੀ ਗੱਲ ਹੋਈ ਸੀਗੀ, ਐਕਚੁਅਲੀ ਅਸੀਂ ਇਹਨਾਂ ਨੇ ਜਦੋਂ ਉਦਾਂ ਤਾਂ ਇਕੱਠੇ ਹੀ ਕਰਦੇ ਰਹੇ ਪ੍ਰੋਜੈਕਟ, ਜਿੱਦਾਂ ਪਹਿਲਾਂ ਪਤਾ ਸੀ ਕਰ ਰਹੇ ਗਾਣਾ, ਤੇ ਜਦੋਂ ਗਾਣਾ ਬਣਿਆ ਬਹੁਤ ਵਧੀਆ ਲੱਗਾ ਵੀ ਬਹੁਤ ਸੋਹਣੀ ਚੀਜ਼ ਹੈ, ਤੇ ਫਿਰ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਭਾਜੀ ਆਪਾਂ ਆਪਣੀ ਕੰਪਨੀ ਤੋਂ TNJ ਰੈਕੋਰਡ ਤੋਂ ਹੀ ਰਿਲੀਜ਼ ਕਰਦੇ ਹਾਂ। ਬਿਲਕੁਲ ਜੀ, ਬਹੁਤ ਇਹ ਕਹਿੰਦੇ ਲਓ ਜੀ ਹੋਰ ਇਦੂ ਵੱਡੀ ਗੱਲ ਕਰੀ ਹੋਈ ਅਸੀਂ, ਫਿਰ ਹਾਂਜੀ ਜਿਹੜਾ ਆਪਾਂ ਰਿਜ਼ਲਟ ਦੇਖਦੇ ਹਾਂ ਉਸ ਹਿਸਾਬ ਨਾਲ ਬਹੁਤ ਵਧੀਆ। ਹਾਂਜੀ ਹਾਂਜੀ, ਤਾਂ ਫਿਰ ਅਸੀਂ ਹਾਂਜੀ, ਤੇ ਤੁਹਾਡੇ ਨਾਲ ਬੇਟਾ ਜੀ ਵੀ ਆਏ ਆ ਜਸ਼ਨ ਜੀ, ਜਸ਼ਨ ਸੰਧੂ ਜੀ, ਐਕਚੁਅਲੀ ਤੇ ਕੰਪਨੀ ਦਾ ਮਾਲਕ ਤੇ ਹੋਈ ਆ। ਵਾਹ ਜੀ ਵਾਹ ਜੀ, ਮੁਬਾਰਕ ਜੀ, ਕੰਗ੍ਰੈਚੁਲੇਸ਼ਨ ਟੂ ਯੂ ਐਸ ਵੈਲ। ਕੀ ਕਹਿਣਾ ਚਾਹੂੰਗਾ ਫੋਰ ਯੂ ਕੰਪਨੀ, ਕੀ ਕਹਿਣਾ ਚਾਹੋਗੇ ਤੁਸੀਂ? ਸਭ ਨੂੰ ਸਤਿ ਸ੍ਰੀ ਅਕਾਲ, ਸਪੋਰਟ ਕਰੋ ਹੋਰ ਸੌਂਗ ਦੇ ਚੰਗੇ ਚੰਗੇ ਪ੍ਰੋਜੈਕਟ, ਚੰਗੇ ਚੰਗੇ ਪ੍ਰੋਜੈਕਟ ਨੂੰ ਵਡਾਓ। ਬਿਲਕੁਲ ਜੀ, ਚਲੋ ਉਮੀਦ ਕਰਦੇ ਹਾਂ ਜੀ ਨਾਲ ਦੇ ਨਾਲ ਇਹ ਮੈਂ ਦੱਸਣਾ ਚਾਹਾਂਗਾ ਕਿ ਇਹ ਵੀ 뮤직 ਸਿੱਖ ਰਿਹਾ ਬਾਰੇ, ਬਹੁਤ ਵਧੀਆ ਗੱਲ ਹੈ ਜੀ, ਮਤਲਬ ਕਿ ਇਹਦੇ ਕਰਕੇ ਹੀ ਚਲੋ ਮੈਂ ਕਿਹਾ ਸੀ ਅੱਗੇ ਕੰਮ ਰਨ ਕਰੂਗਾ। ਬਿਲਕੁਲ ਜੀ ਬਿਲਕੁਲ, ਕਿਉਂਕਿ ਅਸੀਂ ਬੱਚਿਆਂ ਨੂੰ ਸਿਖਾਵਾਂਗੇ ਤੇ ਫੇਰ ਜੀ ਆਪਣੇ ਜਿੰਦਾ ਰੱਖਾਂਗੇ ਆਪਣੇ ਕਲਚਰ ਦੇ ਵਾਰਸ ਆ ਇਹ। ਬਿਲਕੁਲ ਜੀ ਹਾਂ ਜੀ, ਤੇ ਭੰਡਾਰ ਸਾਹਿਬ ਜੀ ਜਿਹੜਾ ਤੁਹਾਡਾ ਗਾਣਾ ਜੀ, ਆਹਾ ਕੁਝ ਲਾਈਨਾਂ ਉਹਦੀਆਂ ਹੋ ਜਾਣ ਬਿਲਕੁਲ ਤੁਹਾਡੀ ਆਵਾਜ਼ ਦੇ ਵਿੱਚ ਪਹਿਲਾਂ, ਉਸ ਤੋਂ ਬਾਅਦ ਫਿਰ ਆਪਾਂ ਸੁਣਾਵਾਂਗੇ ਜੀ। ਚਲੋ ਠੀਕ ਹੈ, ਇਹ ਜਿੰਦਰ ਭਲਾ ਦੀ ਰਚਨਾ ਜੀ। ਜੀ ਜੀ, ਇਹ ਗਾਣਾ ਰਿਕਾਰਡ ਕਿਸ ਤਰ੍ਹਾਂ ਹੋਇਆ ਪਹਿਲਾਂ ਇਹ ਗੱਲ ਪੁੱਛਣੀ ਹੈ ਜੀ। ਮੈਂ ਇੱਕ ਪ੍ਰੋਗਰਾਮ ਕਰ ਰਿਹਾ ਸੀ, ਮੇਰੇ ਬਹੁਤ ਅਜੀਜ਼ ਦੋਸਤ ਜਸਵੰਤ ਢਿੱਲੋਂ ਸਾਹਿਬ ਜੀ, ਉਹਨਾਂ ਬੁਲਾਇਆ, ਉਹਨਾਂ ਦੇ ਪ੍ਰੋਗਰਾਮ ਤੇ ਜਦੋਂ ਮੈਂ ਗਾਣਾ ਬੋਲਿਆ ਤੇ ਪਿੱਛੋਂ ਟੇਬਲ ਤੋਂ ਉੱਠ ਕੇ ਨਾ 15-20 ਬੰਦੇ ਮੇਰੇ ਕੋ ਆਏ ਜੀ, ਕਹਿੰਦਾ ਪਰਗਣਾ ਹੀ ਆ ਤੂੰ ਅੜਾ ਮੈਂ ਗੀਤ ਗਾਇਆ ਚੁਨੀ ਦਾ, ਕਹਿੰਦਾ ਸਾਡੇ ਜਾਣੀ ਲੂੰ ਖੜੇ ਹੋ ਗਏ। ਫਿਰ ਨਾ ਖੁਸ਼ੀ ਵਿੱਚ ਉੱਥੇ ਸਿਸਟਰਾਂ ਜਿਹੜੀਆਂ ਉਹ ਜਿਹੜੇ ਭਾਵਕ ਹੁੰਦੀਆਂ ਦੇਖੀਆਂ ਮੈਂ, ਤੇ ਉਦੋਂ ਕਲੈਕ ਹੋਇਆ ਵੀ ਇਹ ਗਾਣਾ ਰਿਕਾਰਡ ਕਰਨਾ ਚਾਹੀਦਾ, ਇਹਦੀ ਵੀਡੀਓ ਵੀ ਜਾਣੀ ਸ਼ੂਟ ਕਰਨੀ ਚਾਹੀਦੀ ਆ, ਸੋ ਜੇ ਚੰਦ ਕਲੀ ਨੂੰ ਮੈਂ ਪੇਸ਼ ਕਰਨ ਲੱਗਾ ਜੀ, ਸੁਣਨ ਵਾਲੀ ਗੱਲ ਆ ਯਾਰ। ਹਾਂ ਜੀ, ਇਹ ਚੁੰਨੀ 2 ਗਜ ਕੱਪੜਾ ਨਹੀਂ, ਤੇ ਸਿਰ ਤੇ ਲਈ ਹੋਈ ਸੋਹਣੀ ਲੱਗਦੀ, ਜਿਹੜੀ ਧੀ ਭੈਣ ਇਹ ਚੁੰਨੀ
ਸੰਭਾਲ ਲਵੇ ਤੇ ਉਹ ਖੱਟ ਲੈਂਦੀ ਸੋਭਾ ਜੱਗ ਦੀ ਤੇ ਉਹ ਖੱਟ ਲੈਂਦੀ ਸੋਭਾ ਜੱਗ ਦੀ ਕਿਵੇਂ ਇਹ ਤੋਂ ਗੱਜ ਤੋਂ ਕੱਪੜਾ ਨਹੀਂ ਕੱਪੜਾ ਨਹੀਂ ਇੱਜ਼ਤ ਬਣਾਵੇ ਇੱਜ਼ਤ ਬਣਾਵੇ ਚੁੰਨੀ ਗੱਜ ਤੋਂ ਕੱਪੜਾ ਨਹੀਂ ਕੱਪੜਾ ਨਹੀਂ ਇੱਜ਼ਤ ਬਣਾਵੇ ਇੱਜ਼ਤ ਬਣਾਵੇ ਜਦ ਸਿਰ ਤੇ ਲਈ ਜਾਂਦੀ ਜਦ ਸਿਰ ਤੇ ਲਈ ਜਾਂਦੀ ਜਦ ਸਿਰ ਤੇ ਲਈ ਜਾਂਦੀ ਚਾਰ ਚੰਨ ਲਾਵੇ ਚਾਰ ਚੰਨ ਲਾਵੇ ਇਹ ਤੋਂ ਗੱਜ ਤੋਂ ਕੱਪੜਾ ਨਹੀਂ ਇੱਜ਼ਤ ਬਣਾਵੇ ਇੱਜ਼ਤ ਬਣਾਵੇ
ਉਮੀਦ ਕਰਦੇ ਹਾਂ ਕਿ ਸਾਡੇ ਸੁਣਨ ਵਾਲਿਆਂ ਨੇ ਇਸ ਪਿਆਰੇ ਜਿਹੇ ਗਾਣੇ ਨੂੰ, ਜਿਹੜਾ ਕਿ ਇੱਕ ਚੁੰਨੀ, ਜਿਹੜੀ ਇੱਕ ਚੁੰਨੀ ਦੀ ਪਵਿੱਤਰਤਾ ਉਸ ਰਿਸ਼ਤੇ ਨੂੰ ਜਿਹੜਾ ਦਰਸਾਇਆ ਜਿਹੜੇ ਤਰੀਕੇ ਨਾਲ, ਉਮੀਦ ਕਰਦੇ ਸਭ ਨੂੰ ਪਸੰਦ ਆਇਆ, ਬਹੁਤ ਟੱਚਿੰਗ ਹੈ, ਸੱਭਿਆਚਾਰਕ ਹੈ ਤੇ ਸੁਣਨ ਨੂੰ ਵੀ ਬਹੁਤ ਵਧੀਆ ਲੱਗਦਾ। ਹਾਂਜੀ ਹਾਂਜੀ, ਬਾਕੀ ਸੁਖੀਵਾਲ ਜੀ ਗੱਲ ਇਸ ਤਰ੍ਹਾਂ ਵੀ ਮਾਰਕੀਟ ਦੇ ਵਿੱਚ ਮੈਂ ਸਮਝਦਾ ਵੀ ਇਹੋ ਜਿਹੇ ਗਾਣੇ ਦੀ ਹੁਣ ਜ਼ਰੂਰਤ ਸੀਗੀ। ਜੀ ਬਿਲਕੁਲ ਜੀ, ਕਿਉਂਕਿ ਅੱਜ ਇਸ ਵੇਲੇ ਜੋ ਚੱਲ ਰਿਹਾ ਨਾ, ਮਤਲਬ ਜਿਹੜਾ ਮਿਊਜ਼ਿਕ ਆ ਤੇ ਉਹਦੇ ਵਿੱਚ ਇਹ ਸੁਣਨ ਵਾਲੀ ਗੱਲਬਾਤ ਜਿਹੜੀ ਆ ਨਾ, ਕੁਛ ਮੋੜ ਸਾਡੀਆਂ ਧੀਆਂ ਭੈਣਾਂ ਮਾਵਾਂ ਪਰਿਵਾਰ ਚ ਬਹਿਣ ਵਾਲੀ ਬਹਿ ਕੇ ਦੇਖਣ ਵਾਲੀ ਚੀਜ਼ ਹੋ ਗਈ, ਕਿਉਂਕਿ ਅੱਜ ਕੱਲ ਦੇਖਣ ਦਾ ਜ਼ਮਾਨਾ ਵੀਡੀਓ ਬਣਦੀਆਂ ਵਾ, ਤੇ ਇਸ ਤਰ੍ਹਾਂ ਗੀਤ ਮਤਲਬ ਜਿਹੜਾ ਹੈਗਾ ਬਹੁਤ ਵਧੀਆ। ਅਸੀਂ ਆਪਾਂ ਯੂਟਿਊਬ ਤੇ ਦੇਖ ਸਕਦੇ ਹਾਂ ਕਿ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਜੀ ਤੁਹਾਡੇ ਇਸ ਗਾਣੇ ਨੂੰ, ਪਸੰਦ ਕੀਤਾ ਜਾ ਰਿਹਾ ਜੀ। ਜੀ ਤੇ ਲਓ ਜੀ ਦੋਸਤੋ, ਕਿਉਂਕਿ ਖਬਰਾਂ ਦਾ ਟਾਈਮ ਹੋਣ ਵਾਲਾ ਜੀ, ਖਬਰਾਂ ਤੋਂ ਬਾਅਦ ਅਸੀਂ ਰੱਖਾਂਗੇ ਫੇਰ ਗੱਲਬਾਤ ਜਾਰੀ ਸਾਡੇ ਸੱਜਣਾਂ ਦੇ ਨਾਲ ਜਿਹੜੇ ਕਿ ਜੁੜੇ ਰਹਿਣਗੇ 5 ਵਜੇ ਦੀਆਂ ਖਬਰਾਂ ਤੋਂ ਬਾਅਦ, ਤੇ ਉਸ ਤੋਂ ਬਾਅਦ ਅਸੀਂ ਕਰਾਂਗੇ ਜੀ ਮੁਲਾਕਾਤ ਇੱਕ ਵਾਰੀ ਫੇਰ ਤੁਹਾਡੇ ਨਾਲ, ਤੇ ਤੁਸੀਂ ਕਰੋ ਜੀ ਇੰਤਜ਼ਾਰ, ਕਿਉਂਕਿ ਪੁੱਛਾਂਗੇ ਕੁਛ ਹੋਰ ਸਵਾਲ, ਉਹ ਕੁਛ ਦੱਸਣਗੇ ਆਪਣੀਆਂ ਗੱਲਾਂ ਕਿ ਕਿਵੇਂ ਕਿਵੇਂ ਸਾਰਾ ਕੁਛ ਹੋਇਆ, ਉਸ ਤੋਂ ਬਾਅਦ ਫਿਰ ਅਸੀਂ ਆਪਣਾ ਜਿਹੜੀ ਗੱਲਬਾਤ ਜਾਰੀ ਰੱਖਾਂਗੇ, ਕਿਉਂਕਿ ਸਮਾਂ ਹੈ ਖਬਰਾਂ ਦਾ, ਖਬਰਾਂ ਵੱਲ ਜਾਣਾ ਜੀ ਆਪਾਂ, ਤੇ ਮਿਲਦੇ ਹਾਂ ਜੀ ਖਬਰਾਂ ਦੇ ਉਸ ਪਾਸੇ। ਇਹਦੀ ਕਰੀ ਸੰਭਾਲ ਨਹੀਂ ਪੈਣੇ, ਕਹਿੰਦਾ ਜਿੰਦਰ ਪੰਡਾਲ ਨਹੀਂ ਪੈਣੇ, ਸੰਗ ਤੇ ਸ਼ਰਮ ਜਾ ਤੇਰੇ ਗਹਿਣੇ, ਪਰਗਣ ਪਿਆ ਫਰਮਾਵੇ, ਇਹ ਦੋ ਗੱਜ ਦੋ ਕੱਪੜਾ ਨਹੀਂ, ਕੱਪੜਾ ਨਹੀਂ ਇੱਜ਼ਤ ਬਣਾਵੇ, ਇੱਜ਼ਤ ਬਣਾਵੇ, ਉਨੀ ਗੱਜ ਦੋ ਕੱਪੜਾ ਨਹੀਂ, ਕੱਪੜਾ ਨਹੀਂ ਇੱਜ਼ਤ ਬਣਾਵੇ, ਇੱਜ਼ਤ ਬਣਾਵੇ। ਚਾਰ ਚੰਨ ਲਾਉਣ ਲਈ, ਪਾਰਟੀ ਵਿੱਚ ਤਨ ਤਨ ਕਰਵਾਉਣ ਲਈ, ਰੱਜ ਕੇ ਦੇਸੀ ਡੀਜੇ ਨੂੰ ਬੁਲਾਓ ਤੇ ਪਾਰਟੀ ਦੀ ਸ਼ਾਨ ਵਧਾਓ, ਰੱਜ ਕੇ ਦੇਸੀ ਡੀਜੇ, ਜਨਮ ਦਿਨ, ਪ੍ਰੀ ਵੈਡਿੰਗ, ਵਿਆਹ ਸ਼ਾਦੀ ਜਾਂ ਹੋਰ ਕਿਸੇ ਵੀ ਖੁਸ਼ੀ ਦੇ ਮੌਕੇ ਲਈ, ਹਮੇਸ਼ਾ ਯਾਦ ਰੱਖੋ ਰੱਜ ਕੇ ਦੇਸੀ ਡੀਜੇ, ਟੋਲੀ ਲੇਜ਼ਰ ਲਾਈਟਸ ਐਂਡ ਪਲਾਜ਼ਮਾ ਸਕਰੀਨ, ਜਾਗੋ ਤੇ ਕਰਦਾ ਕਮਾਲ ਬੋਲੀਆਂ ਨਾਲ, ਰੱਜ ਕੇ ਦੇਸੀ ਵਾਲਾ ਪਰਗਣ ਪੰਡਾਲ, ਰੱਜ ਕੇ ਦੇਸੀ ਡੀਜੇ। ਟੈਲੀਫੋਨ 07835640857, ਜੀ ਹਾਂ 07835640857। You're listening to the sound of Five Rivers, Radio Punj, 1521 AM. Bapu de kaneeya te laye hoye chootiya, te bebe di godi de nek varga, tuhanda apna Radio Punj, 1521 AM, the sound of Five Rivers, mehak Punjabi. ਜੀ ਮੈਂ ਹਾਂ ਸਾਚੀ ਕੋ ਪੰਬਰਾ, ਤੁਹਾਨੂੰ ਪਤਾ ਮੈਂ ਕੀ ਸੁਣਦੀ ਆ, ਮੈਂ ਸੁਣਦੀ ਆ ਰੇਡੀਓ ਪੰਜ, ਪੰਜਾਂ ਦਰਿਆਵਾਂ ਦੀ ਆਵਾਜ਼, ਤੁਸੀਂ ਵੀ ਸੁਣੋ। ਬਿਲਕੁਲ ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਰੇਡੀਓ ਪੰਜ 1521 AM ਤੇ ਸੁਖੀਵਾਲ ਦੇ ਨਾਲ, ਤੇ ਨਾਲ ਆਏ ਸਾਡੇ ਅੱਜ ਪਰਗਣ ਪੰਡਾਲ ਸਾਹਿਬ, ਜਿੰਦਰ ਪੰਡਾਲ ਸਾਹਿਬ, ਸਾਡੇ ਬਾਲੀ ਸੰਧੂ ਜੀ ਤੇ ਜਸ਼ਨ ਸੰਧੂ ਜੀ, ਇਹ ਅੱਜ ਸਟੂਡੀਓ ਵਿੱਚ ਹਾਜ਼ਰ ਹੈ ਜੀ, ਕਿਉਂਕਿ ਇਹ ਹਾਜ਼ਰ ਹੈ। ਤੁਹਾਨੂੰ ਸਭ ਨੂੰ ਪਤਾ ਕਿ ਤੁਸੀਂ ਇਹਨਾਂ ਦਾ ਜਿਹੜਾ ਖਬਰਾਂ ਤੋਂ ਪਹਿਲਾਂ ਗਾਣਾ ਸੁਣਿਆ, ਬਹੁਤ ਹੀ ਪਿਆਰਾ ਚੁੰਨੀ ਦੀ ਰਸਮ ਵਾਲਾ, ਤੇ ਜਦੋਂ ਵੀਡੀਓ ਤੁਹਾਡਾ ਬਣਾਉਣ ਦੇ ਦਿਮਾਗ ਵਿੱਚ ਸਬੱਬ ਬਣਿਆ, ਕਿਵੇਂ ਬਣਿਆ ਜੀ? ਇਹ ਬਸ ਪਹਿਲਾਂ ਤਾਂ ਮੈਂ ਇਹ ਫੀਲਡ ਵਿੱਚ ਇੰਨਾ ਆਉਣਾ ਜੰਨੀ ਮਲਾਈਕ ਨਹੀਂ ਕਰਦਾ, ਪੈਸੇ ਲਾ ਕੇ ਗਾਉਣਾ ਜੀ ਜੀ, ਇਹ ਸਾਡੇ ਜਿਹੜੇ ਪ੍ਰੋਡਿਊਸਰ ਸਾਹਿਬ ਆ ਜੀ, ਇਹ ਕਰਦੇ ਆ ਮੈਂ ਘਰ ਕੋਈ ਬਣਾਉਣ ਦਾ ਕੰਮ, ਇਹਨੇ ਮੇਰੇ ਘਰ ਕੋਈ ਲੰਘਣਾ ਸ਼ੀਸ਼ਾ ਥੱਲੇ ਕਰਕੇ ਕਹਿਣਾ, ਉਹ ਪਰਗਣਾ ਯਾਰ ਇੱਕ ਦਾ ਮੈਂ ਗੀਤ ਬਣਾ ਤੂੰ। ਅੱਛਾ ਜੀ, ਇਹ ਕਹੀ ਗਿਆ ਉਹ ਐਸਾ ਅਸਰ ਹੋਇਆ ਤਾਂ ਮੈਨੂੰ ਇਹ ਲੈਣ ਚ ਫੇਰ ਜਾਣੀ ਸ਼ੌਂਕੀ ਤੌਰ ਤੇ ਮੇਰੀ ਫੀਲਿੰਗ ਤੇ ਜਾਗ ਪਈ ਉਹ ਜੀ ਜੀ। ਉਸ ਤੋਂ ਬਾਅਦ ਫੇਰ ਨੇ ਭਾਜੀ ਦਲਜੀਤ ਨਾਲ ਮਤਲਬ ਤਾਲਮੇਲ ਕਰਾਤਾ, ਜਦ ਭਾਜੀ ਨਾਲ ਤਾਲਮੇਲ ਕਰਾਤਾ ਜੀ ਜੀ, ਫੀਲਿੰਗ ਜਾਗੀ, ਜਿੰਦਰ ਪਠਾਨ ਨੇ ਕੋਈ ਗਾਣਾ ਲਿਖਿਆ, ਮੇਰੀ ਕੋਸ਼ਿਸ਼ ਇਹ ਸੀਗੀ, ਇਹਦੀ ਕੋਸ਼ਿਸ਼ ਸੀ ਵੀ ਵੀਡੀਓ ਬਣਾਈਏ ਕੋਈ, ਪਰ ਮੇਰੀ ਕੋਸ਼ਿਸ਼ ਸੀ ਵੀ ਮਾੜੀ ਨਾ ਕੋਈ ਬਣ ਜਾਏ ਵੀਡੀਓ, ਕੋਈ ਬਣੇ ਤੇ ਫਿਰ ਚੰਗੀ ਬਣੇ। ਬਿਲਕੁਲ, ਉਹਦਾ ਜਿਹੜਾ ਕ੍ਰੈਡਿਟ ਹੈ ਨਾ, ਬਾਹਰ ਬੈਠੇ ਜਿਹੜੇ ਸਰੋਤੇ ਆ ਨਾ ਜਾਂ ਦਰਸ਼ਕ ਹੈ ਅੱਜ ਕੱਲ, ਉਹ ਫਿਰ ਸੜਾਉਣ ਉਸ ਚੀਜ਼ ਨੂੰ, ਕੋਈ ਐਸੀ ਚੀਜ਼ ਬਣੇ
ਇਸ ਕਰਕੇ ਬਹੁਤ ਮਾਣ ਮਿਲਿਆ ਹੋਇਆ ਤੇ ਕੋਸ਼ਿਸ਼ ਹੈ ਵੀ ਕੁਛ ਐਸੀ ਚੀਜ਼ ਨਾ ਚਲੇ ਜਾਵੇ ਕਿਤੇ ਵੀ ਥੋੜਾ ਡਾਊਨ ਫੀਲ ਭੰਡਾਰ ਸਾਹਿਬ ਜੀ ਕਾਫੀ ਗਾਇਪ ਦੇ ਬਾਅਦ ਤੁਹਾਡਾ ਜਿਹੜਾ ਗਾਣਾ ਹੁਣ ਰਿਲੀਜ਼ ਹੋਇਆ ਜੀ ਕੀ ਕਾਰਨ ਸੀ ਇੰਨਾ ਚਿਰ ਸ਼ਾਂਤ ਜਿਹੇ ਰਹੇ ਵੈਸੇ ਮੈਂ ਫਿਰ ਜਾਣੀ ਡੀਜੇ ਬਣਾ ਲਿਆ ਆਪਣਾ ਜੀ ਜੀ ਡੀਜੇ ਵਿੱਚ ਮੈਂ ਉਹ ਜਾਣੀ ਸੰਗੀਤ ਹੀ ਕਰਨਾ ਸੀ ਜੀ ਜੀ ਉਹ ਚ ਰੁੱਝ ਗਿਆ ਜੀ ਬਿਲਕੁਲ ਤੇ ਕੁਝ ਜਿਹੜੀ ਜਾਣੀ ਵਕਤ ਹੁੰਦਾ ਉਹ ਵੀ ਆਪਣੇ ਮਾਇਨੇ ਰੱਖਦਾ ਜੀ ਕੋਸ਼ਿਸ਼ ਕਰਦੇ ਰਹੇ ਆ ਵੀ ਬਾਹਰ ਬੈਠੇ ਸਰੋਤਿਆਂ ਦੇ ਨਾਲ ਦਰਸ਼ਕਾਂ ਦੇ ਨਾਲ ਇਨ ਟੱਚ ਰਹੀਏ ਹਾਂਜੀ ਉਹਨਾਂ ਨਾਲ ਤਾਲਮੇਲ ਰੱਖੀਏ ਕੋਸ਼ਿਸ਼ ਕਰਦੇ ਰਹੇ ਅਸੀਂ ਮਤਲਬ ਹਾਂਜੀ ਕਿਉਂਕਿ ਅੱਜ ਕੱਲ ਮੀਡੀਆ ਦਾ ਯੁੱਗ ਹੈ ਤੇ ਮੀਡੀਆ ਦੇ ਨਾਲ ਹੀ ਸਾਰੇ ਇੱਕ ਦੂਸਰੇ ਨਾਲ ਜੁੜੇ ਆ ਬਿਲਕੁਲ ਘਰ ਵਿੱਚ ਭਾਵੇਂ ਤੁਸੀਂ ਤੁਹਾਨੂੰ ਆਪ ਨੂੰ ਇਹਦੇ ਵਿੱਚ ਸਭ ਤੋਂ ਵਧੀਆ ਚੀਜ਼ ਕਿਹੜੀ ਲੱਗਦੀ ਕਿਹੜੇ ਬੋਲ ਜਿਹੜੇ ਤੁਹਾਨੂੰ ਟੱਚ ਕਰਦੇ ਆ ਵੇਖੋ ਜੀ ਇਹ ਗੀਤ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਾ ਗਾਣਾ ਹੀ ਬਹੁਤ ਜਿਆਦਾ ਟੌਪ ਦਾ ਜੀ ਇਹਦਾ ਵਿੱਚ ਨਾ ਜਦੋਂ ਮੈਂ ਇਹਦੀ ਜਾਣੀ ਸ਼ੁਰੂਆਤ ਕਰਦਾ ਚੁੰਨੀ ਦੋ ਗੱਜ ਕੱਪੜਾ ਨੀ ਉੱਥੋਂ ਹੀ ਫੀਲਿੰਗ ਜਾਗ ਪੈਂਦੀ ਬਿਲਕੁਲ ਜੀ ਕਿਉਂਕਿ ਜਿਹੜਾ ਵਿੱਚ ਇੱਕ ਟੱਪਾ ਫੇਰ ਜਿੰਦਰ ਭੰਡਾਰ ਨੇ ਮੋਤੀ ਪਰੋ ਮੋਤੀ ਤਾਂ ਸਾਰੇ ਪਰੋਏ ਆ ਜਿਹੜਾ ਹੈ ਨਾ ਮੁਸ਼ ਮਰਦ ਦੀ ਗੁੱਤ ਔਰਤ ਦੀ ਸੋਹਣੀ ਲੱਗੇ ਸ਼ਿੰਗਾਰੀ ਭੋਜਨ ਭਜਨ ਖਜ਼ਾਨਾ ਨਾਰੀ ਚਾਰੇ ਪਰਦੇ ਦੇ ਅਧਿਕਾਰੀ ਕੈਸੀ ਗੱਲਬਾਤ ਹੈ ਬਿਲਕੁਲ ਜੀ ਇੰਨੀ ਰਮਜ ਵਾਲੀ ਹੈ ਜੀ ਕਿੰਨੀ ਰਮਜ ਵਾਲੀ ਕਿਉਂਕਿ ਕਾਫੀ ਸਿੱਖਿਆਦਾਇਕ ਗਾਣਾ ਹੈ ਤੁਸੀਂ ਸਿੱਖਣਾ ਚਾਹੋ ਤੁਹਾਨੂੰ ਬੜੀ ਗਹਿਰੀ ਗੱਲ ਮਿਲ ਸਕਦਾ ਜੀ ਹਾਂ ਜਿਵੇਂ ਜਿਵੇਂ ਤੁਹਾਨੂੰ ਆਪਾਂ ਜਦੋਂ ਗਾਣਾ ਸੁਣਾ ਰਹੇ ਸੀ ਤੇ ਉਸੇ ਦਰਮਿਆਨ ਟੈਲੀਫੋਨ ਆਏ ਸਾਡੇ ਵੀਰ ਅਮਰਜੀਤ ਸਿੰਘ ਜੀ ਦਾ ਹਾਂਜੀ ਹਾਂਜੀ ਜਿਹੜੇ ਉਹਨਾਂ ਦੇ ਨਾਲ ਵੀ ਸਾਡਾ ਬਹੁਤ ਮਤਲਬ ਜਦੋਂ ਦੇ ਇੰਗਲੈਂਡ ਚ ਆਏ ਆ ਨਾ ਜੀ ਆਪਣੇ ਪਾਲ ਸਾਹਿਬ ਜਦੋਂ ਤੁਸੀਂ ਵੀਡੀਓ ਬਣਾਈ ਕੋਈ ਏਦਾਂ ਦਾ ਮੌਕਾ ਹੋਇਆ ਜਿਹੜਾ ਤੁਸੀਂ ਜ਼ਿੰਦਗੀ ਭਰ ਕੋਈ ਏਦਾਂ ਦੀ ਗੱਲ ਕੋਈ ਯਾਦ ਰੱਖ ਜਾਓਗੇ ਕੋਈ ਮਤਲਬ ਕੋਈ ਏਦਾਂ ਦਾ ਸੀਨ ਕੋਈ ਜੋ ਵੀ ਤੁਹਾਡੇ ਨਾਲ ਵਾਕਿਆ ਹੋਇਆ ਹੋਵੇ ਦਰਮਿਆਨ ਜਦੋਂ ਨਾ ਵੀਡੀਓ ਲੱਗੀ ਬਣਨ ਤੁਰਲੇ ਵਾਲੀ ਪੱਗ ਮੈਂ ਜ਼ਿੰਦਗੀ ਚ ਬਹੁਤ ਘੱਟ ਬੰਨੀ ਆ ਵਾਹ ਤੇ ਮੈਂ ਨਾ ਮੈਂ ਕਪੂਰਥਲੇ ਦੁਕਾਨ ਆ ਸ਼ਜੂ ਵਾਲਿਆਂ ਦੀ ਉੱਥੇ ਗਿਆ ਮੈਂ ਕਿਹਾ ਵੀ ਮੈਨੂੰ ਪੱਗਾਂ ਚਾਹੀਦੀਆਂ ਤੁਰਲੇ ਵਾਲੀਆਂ ਅੱਛਾ ਜੀ ਉਹ ਕਹਿੰਦਾ ਵੀ ਪਰਗਣਾ ਗੱਲ ਆ ਵੀ ਪੱਗਾਂ ਮੈਂ ਨਾ ਪੱਗ ਲੈ ਸਿੰਪਲ ਉਹ ਮੈਂ ਕਿਹਾ ਨਹੀਂ ਯਾਰ ਮੈਂ ਤੁਰਲੇ ਵਾਲੀ ਪੱਗ ਬੰਨਣੀ ਆ ਕਹਿੰਦਾ ਵੀ ਕਿਹੜੀ ਮੈਂ ਕਿਹਾ ਉਹ ਕਹਿੰਦਾ ਵੀ ਜਿਹੜੇ ਮਮ ਸੰਦੀਪ ਹੋਣੀ ਮਲ ਬੰਨਦੇ ਹੁੰਦੇ ਕਰਮਜੀ ਧੂਰੀ ਹੋਣੀ ਹਾਂ ਉਹਨੇ ਕੱਢ ਕੇ ਲੈਂਦੀ ਉਹ ਫਿਰ ਮੈਂ ਚਾਰ ਪੱਗਾਂ ਲਾਈਆਂ ਉਹਨੂੰ ਫਿਰ ਨਾ ਮੈਂ ਰੰਗਾ ਕੇ ਫਿਰ ਉੱਥੇ ਲੈ ਕੇ ਗਿਆ ਉੱਥੇ ਇੱਕ ਮੁੰਡਾ ਸੀ ਕਹਿੰਦਾ ਪਰਗਣਾ ਮੈਂ ਤੇਰੇ ਪੱਗ ਬੰਨਣੀ ਅੱਜ ਮੈਂ ਤੁਰ ਲਿਆ ਜੀ ਜੀ ਪੱਗ ਬੰਨੀ ਬੰਦੇ ਨੇ ਹਜ਼ਾਰ ਜੀ ਪੂਰੇ ਦਾ ਪੂਰਾ ਕਲਾਕਾਰ ਬਣਾ ਕੇ ਤੁਹਾਡੇ ਪੇਸ਼ ਕਰਦਾ ਬਿਲਕੁਲ ਜੀ ਬਹੁਤ ਵਧੀਆ ਲੱਗਦੀ ਹੈ ਤੇ ਸੱਜਦੀ ਵੀ ਹੈ ਜੀ ਜੀ ਉਹੀ ਪੱਗ ਜਿਹੜੀ ਹੈ ਵੀਡੀਓ ਉਸ ਉਹੀ ਪੱਗ ਬੰਨ ਕੇ ਕੀਤੀ ਉਹ ਵੀਡੀਓ ਉਹੀ ਹੈ ਬਹੁਤ ਵਧੀਆ ਚਲੋ ਜੀ ਉਮੀਦ ਕਰਦੇ ਹਾਂ ਕਿ ਇਹਨਾਂ ਦੀ ਪੂਰੀ ਤਮੰਨਾ ਪੂਰੀ ਕੀਤੀ ਆਪਣੀ ਜਿਹੜੀ ਦਿਲ ਦੀ ਰਹੀ ਸੀ ਨਾ ਭੰਡਾਰ ਸਾਹਿਬ ਤੁਸੀਂ ਜਿੱਦਾਂ ਕੈਮਰੇ ਦੇ ਸਾਹਮਣੇ ਆਉਣ ਤੋਂ ਨਰਵਸ ਵੀ ਹੋਏ ਸੀ ਨਹੀਂ ਜੀ ਕਿਉਂਕਿ ਮੈਂ ਜਦੋਂ ਉੱਥੇ ਗਿਆ ਮੈਨੂੰ ਬਿੱਲਾ ਭਾਜੀ ਜਿਹੜੇ ਐਕਟਰ ਆ ਜੀ ਮੈਂ ਉੱਥੇ ਗਿਆ ਤੇ ਮੈਂ ਕਿਹਾ ਵੀ ਉਹ ਕਹਿੰਦਾ ਵੀ ਹੁਣ ਤੁਹਾਡੀ ਟਰਨ ਆ ਤੇ ਪਹਿਲਾਂ ਨਾ ਮੈਨੂੰ ਥੋੜਾ ਜਿਹਾ ਲੱਗਾ ਜਿਹੜਾ ਉਹਨੂੰ ਕੈਮਰੇ ਵਿੱਚ ਮੈਂ ਦੇਖਣਾ ਆਕਾਸ਼ਦੀਪ ਉੱਥੇ ਬੇਟਾ ਸੀ ਮੈਨੂੰ ਕਹਿੰਦਾ ਵੀ ਤੁਸੀਂ ਇੱਧਰ ਦੇਖਣਾ ਮੈਂ ਕਿਹਾ ਕਿੱਥੋਂ ਦੇਖਣਾ ਜੇ ਮੈਂ ਵੇਖਿਆ ਮੈਨੂੰ ਪਤਾ ਨਾ ਲੱਗੇ ਜਦੋਂ ਮੈਨੂੰ ਪਤਾ ਲੱਗ ਗਿਆ ਮੈਂ ਕਿਹਾ ਹੁਣ ਤੂੰ ਮੈਥੇ ਰਹਿਣ ਦੇ ਮੈਂ ਕੀ ਕਰਾਂ ਮੈਂ ਨਾ ਇੱਕ ਸ਼ੂ ਦੇ ਨਾਲ ਬੋਲ ਕੇ ਤੇਰਾ ਜਾ ਵਾ ਲਿਆ ਅੱਛਾ ਬੋਲ ਕੇ ਤੇਰੇ ਦੇ ਵਿੱਚ ਰਹਿਣਾ ਮੈਂ ਆਪਣੇ ਸ਼ੂ ਦੇ ਨਾਲ ਵੱਡਾ ਗੋਲ ਕੇ ਤੇਰਾ ਵਾ ਕੇ ਕਾਸ਼ ਦੇ ਕਿਹਦਾ ਤੂੰ ਪਾਵਾਂ ਨੱਚ ਟੱਪ ਜੋ ਮਰਜ਼ੀ ਐਕਸ਼ਨ ਮਾਰ ਪਰ ਬੋਲ ਕੇ ਤੇਰੇ ਦੇ ਵਿੱਚ ਨਹੀਂ ਵਿੱਚੋਂ ਬਾਹਰ ਨਹੀਂ ਵਿੱਚੋਂ ਬਾਹਰ ਨਹੀਂ ਨਿਕਲਦਾ ਤੇ ਕੈਮਰੇ ਦੀ ਅੱਖ ਵਿੱਚ ਅੱਖ ਪਾਉਣ ਵਾਲਿਆ ਮੈਂ ਅੱਖ ਵਿੱਚ ਪਾਈ ਰੱਖੀ ਫਿਰ ਵਾਹ ਜੀ ਵਾਹ ਕੈਮਰਾ ਕੈਮਰਾ ਸ਼ੁਰੂ ਹੋਣ ਲੱਗ ਗਿਆ ਬਿਲਕੁਲ ਜੀ ਕਈ ਵਾਰ ਫੀਲਿੰਗ ਨਾਲ ਮੈਂ ਕੀਤਾ ਕਰਾਂ ਵਾਹ ਜੀ ਵਾਹ ਜਦੋਂ ਤੁਸੀਂ ਆਪਣੀਆਂ ਫੀਲਿੰਗਾਂ ਨਾਲ ਗਾਣੇ ਦੇ ਜੋੜ ਦਿੰਦੇ ਆ ਫਿਰ ਵਧੀਆ ਹੀ ਚੀਜ਼ ਬਣਦੀ ਆ ਬਿਲਕੁਲ ਬਾਕੀ ਵਧੀਆ ਇਸ ਚੀਜ਼ ਦੀ ਲੋੜ ਵੀ ਬੜੀ ਸੀ ਇਦਾਂ ਦੇ ਜਿੱਦਾਂ ਜੋ ਨੇ ਕਨਸੈਪਟ ਸੀਗਾ ਜਿਹੜਾ ਆਪਣੇ ਚੁੰਨੀ ਦੇ ਕਨਸੈਪਟ ਲੈ ਕੇ ਬਣਾਈ ਵੀਡੀਓ ਜੀ ਤੇ ਮਤਲਬ ਕਿ ਗਾਣਾ ਤਾਂ ਵਧੀਆ ਹੈਗਾ ਤੇ ਵੀਡੀਓ ਬਹੁਤ ਵਧੀਆ ਹੈ ਜਿਹੜੀ ਕਿ ਮੂੰਹੋਂ ਬੋਲਦੀ ਹੈ ਵੀਡੀਓ ਜੀ ਜੀ ਬਿਲਕੁਲ ਬਾਕੀ ਅਗਰ ਕੋਈ ਇਸ ਗਾਣੇ ਨੂੰ
ਖਰੀਦਣਾ ਚਾਹੇ ਕੀ ਤੁਹਾਡੇ ਕੋਲ ਮਾਧਿਅਮ ਕਿੱਥੋਂ ਕਿੱਥੋਂ ਲੈ ਸਕਦੇ ਜੀ ਦੱਸਣਾ ਚਾਹੋਗੇ ਜੀ ਹਾਂਜੀ ਜਸ਼ਨ ਦੱਸੋ ਜੀ ਜਿਹੜਾ ਕੰਪਨੀ ਦਾ ਮਾਰਕੀਟ ਚੱਲ ਪਈ ਜਸ਼ਨ ਸਾਹਿਬ ਜੀ ਕੋਮਨ ਲੈਟਸ ਗੋ ਸਪੋਟੀਫਾਈ ਆਈਟਿਊਨਸ ਐਮਾਜ਼ਨ ਮਿਊਜ਼ਿਕ ਗੂਗਲ ਮਿਊਜ਼ਿਕ ਆਡੀਓ ਮੈਕ ਐਂਡ ਸ਼ਾਜ਼ਾਮ ਗਾਣਾ ਹੁਣ ਕਾਮਾ ਅਮੋ ਪੰਡਾ ਸਾਹਿਬ ਕੋਈ ਤੁਸੀਂ ਦਿਲਚਸਪ ਗੱਲ ਇਹਦੇ ਵਿੱਚ ਜਿਹੜਾ ਕੋਈ ਵਾਕਿਆ ਹੋਵੇ ਤੁਹਾਡੇ ਵੀਡੀਓ ਦਰਮਿਆਨ ਜਿਹੜੀ ਕਿ ਜਿਹਦੇ ਵਿੱਚ ਥੋੜਾ ਜਿਹਾ ਹਾਸਾ ਵੀ ਹੋਵੇ ਕੋਈ ਏਦਾਂ ਦੀ ਗੱਲ ਕੋਈ ਵਾਕਿਆ ਹੋਇਆ ਤੁਹਾਡੇ ਨਾਲ ਵੀਡੀਓ ਦਰਮਿਆਨ ਇਹ ਤਾਂ ਇਹ ਮੈਂ ਜਦੋਂ ਮੇਰੀ ਵਾਰੀ ਨਾ ਸ਼ਾਮ ਨੂੰ ਆਈ ਜੀ ਤੇ ਮੈਨੂੰ ਉਹ ਮੁੰਡਾ ਕਹਿੰਦਾ ਆਕਾਸ਼ਦੀਪ ਕਹਿੰਦਾ ਵੀ ਹੁਣ ਤੂੰ ਵੀ ਅੰਕਲ ਜੀ ਰੈਡੀ ਹੋ ਜਾਓ ਤੇ ਮੈਂ ਕਿਹਾ ਵੀ ਕਿੱਦਾਂ ਕਹਿੰਦਾ ਨੀ ਕੋਈ ਡਾਂਸ ਨੀ ਕਰਨਾ ਪਰ ਇਹਨੂੰ ਇੱਦਾਂ ਫੀਲਿੰਗ ਦਾ ਗਾਉਣਾ ਆਪਾਂ ਇੱਦਾਂ ਉਹ ਜਿਹੇ ਬਣਾ ਕੇ ਤੇ ਮੈਂ ਬਸ ਮੈਂ ਉਹ ਗਾਣਾ ਮੈਂ ਇੱਥੋਂ ਵੀ ਥੋੜੀ ਪ੍ਰੈਕਟਿਸ ਕਰਕੇ ਗਿਆ ਸੀ ਤੇ ਐਸੀ ਮੈਂ ਫੀਲਿੰਗ ਨਾਲ ਗਾਇਆ ਜਦੋਂ ਮੈਂ ਗਾਇਆ ਇਹ ਚੁੰਨੀ ਦੋ ਗਜ ਕੱਪੜਾ ਨਹੀਂ ਕਹਿੰਦਾ ਬਸ ਇੱਦਾਂ ਗਾਉਣਾ ਬਾਕੀ ਮੈਂ ਕਹਿੰਦਾ ਦੰਦ ਮਾੜਿਆ ਅੱਗੇ ਬਿਲਕੁਲ ਜੀ ਦੂਜੀ ਗੱਲ ਜਦੋਂ ਇਹ ਭਾਜੀ ਨੂੰ ਸ਼ਾਇਦ ਯਾਦ ਨੀ ਜਦੋਂ ਵੀਡੀਓ ਬਣਾਉਂਦੇ ਸੀ ਨਾ ਜੀ ਵਿਚੇ ਮੇਰੀ ਚੱਲ ਰਹੀ ਮੈਂ ਕਿਹਾ ਵੀ ਥੋੜਾ ਜਾ ਉਹ ਕਹਿੰਦੇ ਥੋੜੀ ਮਲ ਬ੍ਰੇਕ ਲੈ ਲੋ ਮਲ ਪੰਜ ਮਿੰਟ ਦੀ ਤੇ ਮੈਂ ਕਿਹਾ ਤੁਹਾਨੂੰ ਮੈਂ ਦੋ ਲਾਈਵ ਗੀਤ ਸੁਣਾਉਣਾ ਮੈਂ ਸੁਣਾਇਆ ਉੱਥੇ ਮੈਂ ਕਿਹਾ ਉਹ ਮਿੱਤਰਾਂ ਦੀ ਲੂਣ ਦੀ ਡਲੀ ਨੀ ਤੁਮੀ ਸ਼ਰੀ ਬਰੋਬਰ ਜਾਣੀ ਨੀ ਸੱਜਣਾ ਦੀ ਗੜਵੀ ਦਾ ਮਿੱਠਾ ਸ਼ਰਬਤ ਵਰਗਾ ਪਾਣੀ ਨੀ ਮਿੱਤਰਾਂ ਦੀ ਲੂਣ ਦੀ ਡਲੀ ਇਹ ਕਰਮੀ ਤੁਸੀਂ ਸਭ ਦਾ ਗੀਤ ਸੁਣਾਇਆ ਤੂੰ ਬੜੇ ਖੁਸ਼ ਹੋਏ ਲਾਈਵ ਉੱਥੇ ਮੈਂ ਆਪਣੇ ਸ਼ੇਅਰ ਬਹੁਤ ਸੁਣਾਏ ਜਦੋਂ ਨਾ ਐਕਚੁਲੀ ਮੇਰੇ ਭਾਜੀ ਨਾਲ ਗੱਲ ਹੁੰਦੀ ਰਹਿੰਦੀ ਜਿੰਦ ਭਾਜੀ ਨਾਲ ਜੀ ਜੀ ਉਹਨਾਂ ਨੇ ਉਹ ਮਤਲਬ ਇਹ ਕਹਿੰਦੇ ਸੀ ਕਿ ਇੱਕ ਪਹਿਲਾ ਸਿੰਗਰ ਸਾਰੇ ਇਹੀ ਗੱਲ ਕਹਿੰਦੇ ਪਹਿਲਾ ਸਿੰਗਰ ਹੈ ਜਿਹਨੇ ਇੰਨੀ ਰੌਣਕ ਲਾਈ ਸ਼ੂਟ ਦੇ ਟਾਈਮ ਹਾਂਜੀ ਹਾਂਜੀ ਮਤਲਬ ਬਹੁਤ ਵਧੀਆ ਮਾਹੌਲ ਸੀ ਉੱਥੇ ਵੀ ਕਿਉਂਕਿ ਇਹਨਾਂ ਦਾ ਕਾਰੋਬਾਰ ਵੀ ਇਹੋ ਹੀ ਹੈ ਸੀ ਹਾਂਜੀ ਤੇ ਸਟੇਜਾਂ ਤੇ ਰੌਣਕ ਲਾਉਂਦੇ ਸੀ ਫਿਰ ਤੁਹਾਡਾ ਜਿਹੜਾ ਮਾਹੌਲ ਹੈ ਤੁਹਾਨੂੰ ਉਦਾਂ ਦਾ ਮਿਲ ਗਿਆ ਉੱਥੇ ਤੇ ਤੁਸੀਂ ਫਿਰ ਰੌਣਕ ਲਾਈ ਰੱਖੀ ਬਹੁਤ ਵਧੀਆ ਗੱਲ ਹੈ ਜੀ ਕਿਉਂਕਿ ਆਵਾਜ਼ ਵਿੱਚ ਦਮ ਵੀ ਹੋਣਾ ਚਾਹੀਦਾ ਰੌਣਕ ਲਾਉਣ ਲਈ ਬਿਲਕੁਲ ਬਿਲਕੁਲ ਤੇ ਹੋਰ ਪੰਡਾਲ ਸਾਹਿਬ ਜੀ ਜਿੰਦਰ ਪੰਡਾਲ ਸਾਹਿਬ ਜੀ ਹਾਂਜੀ ਤੁਸੀਂ ਦੱਸੋ ਜੀ ਕਿੱਦਾਂ ਚੱਲਦਾ ਤੁਹਾਡਾ ਲਿਖਣ ਦਾ ਬਹੁਤ ਵਧੀਆ ਹੁਣ ਅਗਲਾ ਕੋਈ ਹੈ ਕੋਈ ਪਾਈਪਲਾਈਨ ਹਾਂਜੀ 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 ਗੀਤ ਇੱਕ ਹੋਰ ਪਰਗਣ ਪੰਡਾਲ ਦੀ ਆਵਾਜ਼ ਦੇ ਵਿੱਚ ਤਕਰੀਬਨ 3 ਗੀਤ ਰਿਕਾਰਡ ਹੋ ਚੁੱਕੇ ਆ ਅੱਛਾ ਜੀ ਤੇ ਉਹ ਹੁਣ ਟਰਨ ਬਾਈ ਟਰਨ ਆਉਂਦੇ ਜਾਣਗੇ ਸਮੇਂ ਸਿਰ ਤੇ ਗੀਤ ਵਿਅੰਜਨ ਜੋੜੀ ਦਾ ਆ ਰਿਹਾ ਸਾਡਾ ਅੱਛਾ ਜੀ ਹਾਂਜੀ ਬਹੁਤ ਵਧੀਆ ਜੀ ਉਹ ਵੀ ਬਸ ਇਸੇ ਤਰ੍ਹਾਂ ਹੀ ਤੁਹਾਨੂੰ ਪਤਾ ਵੀ ਆਪਣੇ ਜਦੋਂ ਕਿਤੇ ਵਿਆਹ ਸ਼ਾਦੀਆਂ ਤੇ ਡੀਜੇ ਵਾਲੇ ਜਿਹੜੇ ਆ ਨਾ ਪਹਿਲੇ 2 ਗੀਤ ਜਾਂ 1 ਗੀਤ ਸਪੈਸ਼ਲ ਜੋੜੀ ਵਾਸਤੇ ਲਾਉਂਦੇ ਹੁੰਦੇ ਆ ਜੀ ਜੀ ਉਹ ਫਿਰ ਉਦੋਂ ਬਾਅਦ ਚ ਫਿਰ ਖੁੱਲਾ ਸੱਦਾ ਦੇ ਦਿੰਦੇ ਵੀ ਹੁਣ ਜਿਹਨਾਂ ਨੇ ਜੋੜੀ ਦੇ ਨਾਲ ਵਿਆਹਣ ਜੋੜੀ ਨਾਲ ਨੱਚਣਾ ਉਹਨਾਂ ਨੂੰ ਖੁੱਲਾ ਸੱਦਾ ਪੱਤਰਿਆ ਵੀ ਜਿਹਨੇ ਵੀ ਨੱਚਣਾ ਆ ਜਾਓ ਮਤਲਬ ਉਸ ਸੀਨ ਨੂੰ ਮੈਂ ਜਦੋਂ ਫਿਰ ਤੱਕਿਆ ਨਾ ਤੇ ਉਦੋਂ ਫਿਰ ਮੇਰੇ ਦਿਮਾਗ ਚ ਉਹ ਗੱਲ ਆਈ ਜਿਹੜੀ ਤੁਸੀਂ ਹੁਣ ਗੀਤ ਰਾਹੀਂ ਗੀਤ ਹਾਂਜੀ ਵੈਸੇ ਅੱਜ ਕੱਲ ਜਮਾਨਾ ਹੈ ਕਿ ਸਿੰਗਲ ਸਿੰਗਲ ਹੀ ਆਉਂਦੇ ਆ ਜ਼ਿਆਦਾ ਪਹਿਲਾਂ ਜਿਹਦਾ ਨਾ ਐਲਬਮਾਂ ਬਹੁਤ ਆਉਂਦੀਆਂ ਪੂਰੀਆਂ 7-7-8-8 ਗਾਣੇ ਬਹੁਤ ਪਸੰਦ ਆ ਉਹ ਮੈਂ ਸੁਣਾਉਣਾ ਚਾਹੁੰਦਾ ਇਜਾਜ਼ਤ ਹੈ ਬਿਲਕੁਲ ਲਓ ਜੀ ਫਿਰ ਹਾਲਾਤ ਵੀ ਨੇ ਮਾਰਦੇ
ਕਦੀ ਕਦੀ ਬੰਦੇ ਨੂੰ ਕਦੀ ਕਦੀ ਬੰਦੇ ਨੂੰ ਹਾਲਾਤ ਵੀ ਨੇ ਮਾਰਦੇ ਤੇ ਮੌਤ ਹੀ ਜ਼ਰੂਰੀ ਨਹੀਂ ਮਰ ਜਾਣ ਵਾਸਤੇ ਕਦੀ ਕਦੀ ਬੰਦੇ
ਚਾਰ ਚੰਨ ਲਾਉਣ ਲਈ ਪਾਰਟੀ ਵਿੱਚ ਤਨ ਕਨ ਕਰਵਾਉਣ ਲਈ ਰੱਜ ਕੇ ਦੇਸੀ ਡੀਜੇ ਨੂੰ ਬੁਲਾਓ ਤੇ ਪਾਰਟੀ ਦੀ ਸ਼ਾਨ ਵਧਾਓ। ਰੱਜ ਕੇ ਦੇਸੀ ਡੀਜੇ ਜਨਮ ਦਿਨ ਪ੍ਰੀ ਵੈਡਿੰਗ ਵਿਆਹ ਸ਼ਾਦੀ ਜਾਂ ਹੋਰ ਕਿਸੇ ਵੀ ਖੁਸ਼ੀ ਦੇ ਮੌਕੇ ਲਈ ਹਮੇਸ਼ਾ ਯਾਦ ਰੱਖੋ ਰੱਜ ਕੇ ਦੇਸੀ ਡੀਜੇ ਟੋਲੀ ਲੇਜ਼ਰ ਲਾਈਟਸ ਐਂਡ ਪਲਾਜ਼ਮਾ ਸਕਰੀਨ ਜਾਗੋ ਤੇ ਕਰਦਾ ਕਮਾਲ ਬੋਲੀਆਂ ਨਾਲ ਰੱਜ ਕੇ ਦੇਸੀ ਵਾਲਾ ਪਰਗਣ ਪੰਡਾਲ। ਰੱਜ ਕੇ ਦੇਸੀ ਡੀਜੇ ਟੈਲੀਫੋਨ 07835640857 ਜੀ ਹਾਂ 07835640857। ਬਿਲਕੁਲ ਜੀ, ਤੁਸੀਂ ਜੁੜੇ ਹੋ ਜੀ ਰੇਡੀਓ 5 ਦੇ ਨਾਲ। ਮੈਂ ਜੀ ਸੁਖੀਵਾਲ ਤੇ ਮੇਰੇ ਨਾਲ ਬੈਠੇ ਆ ਜੀ ਸਾਡੇ ਪਿਆਰੇ ਸੱਜਣ ਪਰਗਣ ਪੰਡਾਲ ਸਾਹਿਬ, ਜਿੰਦਰ ਪੰਡਾਲ ਸਾਹਿਬ, ਜਸ਼ਨ ਸੰਧੂ ਜੀ ਤੇ ਬਲਜੀਤ ਸੰਧੂ ਜੀ, ਬਾਲੀ ਸੰਧੂ ਜੀ, ਪੂਰਾ ਨਾਮ ਬਲਜੀਤ ਹੀ ਹੈ ਤੁਹਾਡਾ ਮੇਰਾ ਖਿਆਲ, ਬਲਵਿੰਦਰ, ਬਲਵਿੰਦਰ ਸੰਧੂ ਜੀ, ਛੋਟਾ ਬਾਲੀ ਜੀ, ਠੀਕ ਹੈ ਜੀ। ਚਲੋ ਜੀ, ਆਪਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਗਾਣਾ ਸੁਣਿਆ ਜੀ ਪਰਗਣ ਪੰਡਾਲ ਸਾਹਿਬ ਦੀ ਆਵਾਜ਼ ਦੇ ਵਿੱਚ, ਕਦੀ ਕਦੀ ਬੰਦੇ ਨੂੰ ਹਾਲਾਤ ਵੀ ਨੇ ਮਾਰਦੇ। ਪੰਡਾਲ ਸਾਹਿਬ, ਤੁਸੀਂ ਕੁਛ ਇਹਦੇ ਬਾਰੇ ਚਾਨਣਾ ਪਾ ਰਹੇ ਸੀ, ਦੱਸੋ ਹੁਣ ਮੈਨੂੰ, ਜਿਹੜੀ ਕਿ ਸਾਡੇ ਸਰੋਤੇ ਵੀ ਸੁਣਨ ਇਸ ਗੱਲ ਨੇ। ਹਾਂਜੀ, ਇਹ ਬਾਲੀ ਸੰਧੂ ਜੀ, ਕਿਤੇ ਕਿਤੇ ਇਹ ਜਿਸ ਤਰ੍ਹਾਂ ਨਾ ਆਪਣੇ ਬੱਦਲਾਂ ਦੇ ਵਿੱਚ ਜਦੋਂ ਬਿਜਲੀ ਲਿਸ਼ਕਦੀ ਆ ਜੀ, ਤੇ ਉਦੋਂ ਫਿਰ ਇੱਕਦਮ ਚਾਨਣ ਹੋ ਜਾਂਦਾ ਸਾਰੇ ਜੀ, ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਹਨੇਰਾ ਹੋ ਜਾਂਦਾ, ਤੇ ਉਹ ਸਭ ਤੋਂ ਜ਼ਿਆਦਾ ਹਨੇਰਾ ਦਿਸਦਾ ਉਸ ਚਾਨਣ ਤੋਂ ਬਾਅਦ ਚ ਕਈ ਵਾਰੀ। ਇਸੇ ਤਰ੍ਹਾਂ ਇਹ ਗੀਤਾਂ ਦੀ ਵੀ ਲੜੀ ਜਿਹੜੀ ਹੈਗੀ ਆ ਤੁਰੀ ਆ ਰਹੀ ਆ, ਹਾਂਜੀ, ਵਿੱਚ ਵਧੀਆ ਵੀ ਗੀਤ ਲਿਆ ਹੋਏ ਇਹ, ਪਰ ਵਧੀਆ ਗੀਤ ਕਿਤੇ ਕਿਤੇ ਜਦੋਂ ਕਿਤੇ ਮਾਲਕ ਦੀ ਬਖਸ਼ਿਸ਼ ਹੁੰਦੀ ਹੈ ਜਾਂ ਬੰਦੇ ਦੀ ਜਿਹੜੀ ਬਿਰਤੀ ਆ ਨਾ ਜੀ, ਉਹ ਕਿਤੇ ਵਧੀਆ ਇਨਸਾਨੀ ਬਿਰਤੀ ਜਾਂ ਫਿਰ ਮਾਲਕ ਵਾਲੇ ਪਾਸੇ ਨੂੰ ਹੁੰਦੀ ਆ, ਤੇ ਉਦੋਂ ਫਿਰ ਵਧੀਆ ਚੀਜ਼ ਲਿਆ ਹੁੰਦੀ, ਊਟ ਪਟਾਂਗ ਤੇ ਚੱਲਦਾ ਰਹਿੰਦਾ ਵਾ ਜ਼ਿੰਦਗੀ ਦੇ ਵਿੱਚ ਜ਼ਿਆਦਾ, ਹਾਂਜੀ, ਪਰ ਕੋਸ਼ਿਸ਼ ਕੀਤੀ ਹੈ ਕਿ ਕੁਛ ਵਧੀਆ ਲਿਖਿਆ ਜਾਵੇ, ਵਧੀਆ ਗਾਇਆ ਜਾਵੇ, ਹਾਂਜੀ। ਤੇ ਇਹ ਗੀਤ 91 ਦੇ ਵਿੱਚ ਸ਼ੁਰੂ ਕੀਤਾ ਮੈਂ, ਤੇ ਪਹਿਲਾ ਟੱਪਾ ਜਿਹੜਾ ਨਾ ਇਸ ਗੀਤ ਦਾ ਜੀ ਜੀ, ਉਹ 27 ਤੇ ਇਹ ਲਿਖਿਆ ਗਿਆ ਤੇ ਗੀਤ ਉੱਥੇ ਰੁਕ ਗਿਆ। ਅੱਛਾ ਜੀ, ਉਹਦੇ ਹਿਸਾਬ ਦੀ ਫਿਰ ਮਤਲਬ ਲਹਿਰ ਕੋਈ ਮਤਲਬ ਆਵੇ ਨਾ, ਅੰਦਰ ਕੋਈ ਰੋ ਕੋਈ ਐਸੀ ਵਗੇ ਨਾ, ਮਤਲਬ ਗੀਤ ਤੁਰੇ ਅੱਗੇ। ਤੇ 97 ਦੇ ਵਿੱਚ ਫਿਰ ਸੁਖਸ਼ਿੰਦਰ ਸ਼ਿੰਦਾ ਜੀ ਨੇ ਇਹ ਗੀਤ ਮੈਂ ਸੁਣਾਇਆ ਉਹਨਾਂ ਨੂੰ, ਤੇ ਜਦੋਂ ਮੁਖੜਾ ਇਹਦਾ ਸੁਣਾਇਆ ਤੇ ਉਹ ਕਹਿੰਦੇ ਵੀ ਇਹ ਗੀਤ ਨੂੰ ਪੂਰਾ ਕਰ ਹੁਣੇ, ਕਹਿੰਦਾ 6 ਸਾਲ ਦਾ ਸਫ਼ਰ ਲੱਗਿਆ ਫਿਰ ਰਿਕਾਰਡ ਕਰਨਾ, ਕਹਿੰਦਾ ਮਤਲਬ ਪਰਗਣ ਦੀ ਆਵਾਜ਼ ਵਿੱਚ, ਪਰ ਇਹਨੂੰ ਪੂਰਾ ਕਰ ਹੁਣੇ। ਅੱਛਾ, ਮੈਂ ਕਿਹਾ ਵੀ ਇਹ ਤੇ ਬੜੇ ਚਿਰ ਦਾ ਮੈਂ ਇੱਥੇ ਸਟੱਕ ਹੋਇਆ ਹੋਇਆ, ਮਤਲਬ ਕੋਸ਼ਿਸ਼ ਕਰਦਾ ਵਾ, ਹਾਂਜੀ, ਵੀ ਗੀਤ ਨੂੰ ਪੂਰਾ ਕਰੀਏ, ਪਰ ਉਹ ਛੇਤੀ ਵਿੱਚ ਗੀਤ ਕੁਛ ਪੂਰਾ ਹੋਇਆ, ਤੇ ਪਰ ਫਿਰ ਵੀ ਗੀਤ ਨੂੰ ਬਹੁਤ ਸੜਾਇਆ ਗਿਆ। ਸੁਖਸ਼ਿੰਦਰ ਸ਼ਿੰਦਾ ਜੀ ਨੇ ਬੜੀ ਮਿਹਨਤ ਕੀਤੀ, ਮਤਲਬ ਇਹਦੇ ਉੱਤੇ ਜਿਹੜਾ ਮਿਊਜ਼ਿਕ ਨਾਲ ਸ਼ਿੰਗਾਰਿਆ ਨਾ ਜੀ ਜੀ, ਹਾਂਜੀ, ਤੇ ਪਰਗਣ ਨੇ ਗਾਇਆ ਵੀ, ਕਿਆ ਬਾਤ, ਮਤਲਬ ਜਿਹੜੀ ਹੈਗੀ ਆ ਬਹੁਤ ਸਾਰਾ ਕੁਛ ਸਬੱਬ ਜਿਹੜਾ ਹੈਗਾ ਵਧੀਆ ਬਣਿਆ, ਲਿਖਣ ਦਾ ਵੀ, ਗਾਉਣ ਦਾ ਵੀ, ਤੇ ਸੰਗੀਤ ਦਾ ਵੀ, ਹਾਂਜੀ, ਤੇ ਕੰਪਨੀ ਵੀ ਜਿਹੜੀ ਫਿਰ ਬੜੀ ਵਧੀਆ, ਮਤਲਬ ਆਪਣੇ ਸੀਗੇ ਮਿਊਜ਼ਿਕ ਜਿਹੜੇ ਰੋਮਾ ਮਿਊਜ਼ਿਕ ਬੈਂਕ ਵਾਲੇ ਪ੍ਰਿਤਪਾਲ ਜੀ, ਬੜੀ ਰੂਹ ਨਾਲ ਉਹਨਾਂ ਨੇ ਫਿਰ ਇਹ ਗਾਣਾ ਜਿਹੜਾ ਹੈਗਾ ਰਿਲੀਜ਼ ਕੀਤਾ ਸੀਗਾ। ਕਿਉਂਕਿ ਇਹ ਜਿਹੜੇ ਗਾਣੇ ਕਈ ਤੁਹਾਨੂੰ ਸੁਣਦੇ ਆ, ਸੁਣ ਕੇ ਤੁਹਾਨੂੰ ਇੱਕ
ਜਿੱਦਾਂ ਨਾ ਝੁਣ ਚਣੀ ਜੀ ਆਉਂਦੀ ਕਈ ਗਾਣੇ ਤੁਹਾਨੂੰ ਟੱਚ ਕਰ ਜਾਂਦੇ ਆ, ਬੋਰਡ ਫੀਲ ਕਰ ਜਾਂਦੇ ਆ ਕਿ ਤੁਹਾਡੀਆਂ ਕਈ ਵਾਰੀ ਜ਼ਿੰਦਗੀ ਦੇ ਬਹੁਤ ਨੇੜੇ ਹੁੰਦੇ ਆ, ਹਾਲਾਤਾਂ ਦੇ ਨਾਲ ਜੁੜੇ ਹੁੰਦੇ ਆ ਗਾਣੇ। ਬਾਕੀ ਇਹ ਸਾਰਿਆਂ ਦੇ ਦਿਲ ਦੀ ਹੋਕ ਬਣ ਗਈ ਜਦੋਂ ਗੀਤ ਆਇਆ ਨਾ, ਤੇ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਹੀ ਮਤਲਬ ਇਹ ਚੀਜ਼ ਹੈਗੀ ਆ ਵੀ ਕਦੀ ਕਦੀ ਬੰਦੇ ਨੂੰ ਹਾਲਾਤ ਵੀ ਨੇ ਮਾਰਦੇ, ਕਿਉਂਕਿ ਹਾਲਾਤ ਸਭ ਤੇ ਅਲੱਗ ਅਲੱਗ ਤਰ੍ਹਾਂ ਦੇ ਆਉਂਦੇ ਰਹਿੰਦੇ ਆ, ਮਾੜੇ ਹਾਲਾਤਾਂ ਦੇ ਵਿੱਚ ਵੀ ਬੰਦੇ ਨੂੰ ਜਿੱਦਾਂ ਲੰਘਣਾ ਪੈਂਦਾ। ਹਾਂਜੀ ਹਾਂਜੀ, ਬਾਕੀ ਸਾਡੀਆਂ ਪਹਿਲੀਆਂ ਐਲਬਮਾਂ ਜਿਹੜੀਆਂ ਸੀ ਪਰਵਾਨਾ ਸੰਗੀਤ ਦੀਆਂ, ਉਹ ਬਲਦੇਵ ਮਸਤਾਨਾ ਜੀ ਨੇ ਸੰਗੀਤ ਦੇ ਨਾਲ ਸ਼ਿੰਗਾਰੀਆਂ ਜੀ, ਤੇ ਉਹਨਾਂ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ। ਸਮੇਂ ਸਮੇਂ ਸਿਰ ਇਸ ਤਰ੍ਹਾਂ ਦੇ ਜਿਹੜੇ ਮਤਲਬ ਆਪਣੇ ਉਸਤਾਦਾਂ ਦੇ ਸਮਾਨ ਕਲਾਕਾਰ ਹੁੰਦੇ ਆ ਜਾਂ ਗੀਤਕਾਰ ਜਾਂ ਸੰਗੀਤਕਾਰ ਹੁੰਦੇ ਆ, ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ। ਸਾਡੀ ਕੋਸ਼ਿਸ਼ ਰਹੀ ਆ ਵੀ ਜਿੱਥੇ ਵੀ ਕਿਤੇ ਬੈਠੀਏ ਕੁਝ ਸਿੱਖੀਏ। ਬਿਲਕੁਲ ਜੀ, ਕਿਉਂਕਿ ਬੰਦਾ ਸਾਰੀ ਉਮਰ ਸਿੱਖਦਾ ਰਹਿੰਦਾ, ਕੁਛ ਨਾ ਕੁਛ ਬਿਲਕੁਲ ਬਿਲਕੁਲ ਸਿੱਖਣ ਨੂੰ ਮਿਲਦਾ ਰਹਿੰਦਾ। ਇਹ ਗੀਤ ਦਾ ਪਹਿਲਾ ਅੰਤਰਾ, ਸਦਾ ਨਾ ਬਹਾਰਾਂ ਬਾਗੀ ਨਾ ਸਦਾ ਜ਼ਿੰਦਗਾਨੀਆਂ, ਵਾਜਵਾ ਇਹਨਾਂ ਮਜਬੂਰੀਆਂ ਕਈ ਰੋਲੀਆਂ ਜਵਾਨੀਆਂ, ਬੰਦੇ ਦੇ ਕਰਮ ਇਹਨੂੰ ਡੋਬਦੇ ਜਾਂ ਤਾਰਦੇ, ਇਹ ਮੌਤ ਹੀ ਜ਼ਰੂਰੀ ਨਹੀਂ ਮਰ ਜਾਣ ਵਾਸਤੇ, ਕਦੀ ਕਦੀ ਬੰਦੇ ਨੂੰ। ਬਹੁਤ ਖੂਬ। ਇਸ ਗੱਲ ਤੋਂ ਮੈਨੂੰ ਬਲ ਸਾਹਿਬ ਗੱਲ ਯਾਦ ਆ ਗਈ, ਪਰਗਣ ਦੇ ਡੈਡੀ ਜੀ ਪੁਰਾਣਾ ਉਰਦੂ ਪੜ੍ਹੇ ਹੋਏ ਸੀ। ਅੱਛਾ ਜੀ। ਹਾਂਜੀ, ਤੇ ਉਰਦੂ ਪੜ੍ਹੇ ਹੋਏ ਉਹ ਮਤਲਬ ਉਹਨਾਂ ਨੇ ਇਹ ਗੀਤ ਨੂੰ ਨਾ ਪੰਜਾਬੀ ਤੋਂ ਉਰਦੂ ਦੇ ਵਿੱਚ ਲਿਖਿਆ, ਟ੍ਰਾਂਸਲੇਟ ਕੀਤਾ ਪੂਰਾ ਗੀਤ ਸੁਣ ਕੇ ਉਰਦੂ ਚ ਲਿਖ ਕੇ, ਤੇ ਫੇਰ ਇਹਦਾ ਜਿੱਦਾਂ ਮੁਤਾਲਿਆ ਕਰੀਦਾ ਨਾ, ਇਹਦਾ ਨਿਰੀਕਸ਼ਣ ਕੀਤਾ, ਮਤਲਬ ਉਹਨਾਂ ਨੇ ਜਦੋਂ ਉਹਨਾਂ ਨੇ ਇਹ ਗੀਤ ਨੂੰ ਪੂਰੀ ਤਰ੍ਹਾਂ ਐਨ ਮਤਲਬ ਨਾ ਘੋਖਿਆ, ਉਦੋਂ ਫਿਰ ਮੈਨੂੰ ਕਹਿਣ ਲੱਗੇ ਵੀ ਤੂੰ ਇਹ ਗੀਤ ਲਿਖਿਆ ਕਿੱਦਾਂ। ਇਹ ਗੀਤ ਕਹਿੰਦੇ ਵੀ ਪਹਿਲੀ ਸਟੇਜ ਹੈਗੀ ਸ਼ਰਅ ਸ਼ਰੀਅਤ, ਦੂਜੀ ਤਰੀਕਤ, ਤੀਜੀ ਮਾਰਫਤ, ਚੌਥੀ ਹਕੀਕਤ। ਹਾਂਜੀ, ਇਹ ਚਾਰ ਸਟੇਜਾਂ ਵਾ, ਤੇ ਤੂੰ ਲਿਖਦਾ ਲਿਖਦਾ ਕਹਿੰਦੇ ਮਤਲਬ ਦੂਜੀ ਸਟੇਜ ਜਿਹੜੀ ਉਹਨੂੰ ਕ੍ਰੋਸ ਕਰਕੇ ਤੇ ਮਾਰਫਤ ਦੇ ਲਾਗੇ ਲੈ ਗਿਆ ਗੀਤ ਨੂੰ। ਜਦੋਂ ਤੂੰ ਆਹ ਗੱਲ ਕਹੀ ਆ ਨਾ ਵੀ ਇਹ ਬੰਦੇ ਦੇ ਕਰਮ ਇਹਨੂੰ ਡੋਬਦੇ ਜਾਂ ਤਾਰ ਦਿੰਦੇ, ਹਾਂਜੀ, ਤੇ ਜਾਂ ਫਿਰ ਜਿਹੜਾ ਆਖਰੀ ਸੀਗਾ ਮਤਲਬ ਇਹਦੇ ਚ ਸ਼ੇਰ ਜਿਹੜਾ ਹੈਗਾ ਵਾ, ਵਰਲੇ ਹੀ ਐਸੇ ਬੰਦੇ ਦੁਨੀਆਂ ਤੇ ਆਉਂਦੇ ਨੇ ਆਪਣਾ ਗਵਾ ਕੇ ਦੁੱਖ ਦੂਜੇ ਦਾ ਵੰਡਾਉਂਦੇ। ਉੱਥੇ ਤੂੰ ਜਾ ਕੇ ਕਹਿੰਦਾ ਇਸ ਗੀਤ ਨੂੰ ਤੂੰ ਦੂਜੀ ਸਟੇਜ ਕਹਿੰਦਾ ਕ੍ਰੋਸ ਕਰਨ ਦੀ ਕੋਸ਼ਿਸ਼ ਕਰ ਗਿਆ, ਕਹਿੰਦਾ ਤੀਜੀ ਤੇ ਲੈ ਗਿਆ। ਬਹੁਤ ਮਤਲਬ ਡੂੰਘੀਆਂ ਗੱਲਾਂ ਜੀ, ਬਹੁਤ ਡੂੰਘੀਆਂ ਗੱਲਾਂ ਅਗਰ ਤੁਸੀਂ ਇਸ ਗਾਣੇ ਵੱਲ ਪੂਰੇ ਧਿਆਨ ਨਾਲ ਸੁਣੋਗੇ ਚੱਲੀ ਜਾਂਦੇ ਆ, ਤੇ ਏਦਾਂ ਦੇ ਹੋਰ ਜਿੱਦਾਂ ਵਧੀਆ ਪ੍ਰੋਜੈਕਟ ਮਿਲਦੇ ਨੇ, ਵਧੀਆ ਹੁੰਗਾਰਾ ਮਿਲਦਾ ਰਹੇ, ਏਦਾਂ ਦੇ ਹੋਰ ਵਧੀਆ ਵਧੀਆ ਪ੍ਰੋਜੈਕਟ ਲੈ ਕੇ ਆਪਾਂ ਆਉਂਦੇ ਰਵਾਂਗੇ ਟਾਈਮ ਟੂ ਟਾਈਮ। ਪਿੱਛੇ ਦੇ ਨਾਲ ਦੀ ਨਾਲ ਇੱਕ ਭਾਜੀ ਉਹਨਾਂ ਦਾ ਹੋਰ ਸੌਂਗ ਰੈਡੀ ਆ, ਉਹ ਵੀ ਸ਼ਾਇਦ ਅਸੀਂ ਛੇਤੀ ਇੱਕ ਦੋ ਮਹੀਨਿਆਂ ਚ ਜ਼ਿਆਦਾ ਗੈਪ ਨਾ ਹੀ ਪਾਇਓ ਤਾਂ ਵਧੀਆ। ਅਗਲਾ ਗੀਤ ਆ ਰਿਹਾ 1970 ਵਾਲਾ ਵਿਆਹ ਦਿਖਾ ਲਿਆ, 1965 ਵਾਲਾ ਉਹਦੇ ਵਿੱਚ ਪੁਰਾਣਾ ਅੰਬੈਸਡਰ ਕਾਰਾਂ ਤੇ ਜਾਂਦੇ, ਇਸ ਤੋਂ ਵੀ ਮਰੂਤੀਆਂ ਮਰਾਤੀਆਂ ਬਾਅਦ ਚ ਆਈਆਂ। ਬਹੁਤ ਟੌਪ ਦਾ ਗੀਤ ਹੈ, ਉਹਦੀ ਵੀਡੀਓ ਦੇਖਣ ਵਾਲੀ ਆ। ਬਿਲਕੁਲ ਜੀ, ਸਾਨੂੰ ਵੀ ਦੇਖ ਕੇ ਪਤਾ ਲੱਗੂ 1965 ਵਾਲਾ ਵਿਆਹ ਦਿਖਾ ਲਿਆ ਉਹਦੇ ਵਿੱਚ ਪੁਰਾਣਾ ਸਟਾਈਲ। ਸਾਨੂੰ ਵੀ ਸਾਡੇ ਜਿੱਦਾਂ ਮਾਪਿਆਂ ਦੇ ਵਿਆਹ ਦੇਖਣ ਨੂੰ ਮਿਲਣਗੇ ਉਸ ਹਿਸਾਬ ਨਾਲ ਉਹਨਾਂ ਸਮਿਆਂ ਦੇ ਵਿੱਚ। ਬਿਲਕੁਲ ਜੀ ਜੀ, ਤੇ ਚੀਜ਼ਾਂ ਚਾਹੀਦੀਆਂ ਹੋਈਆਂ ਨੇ ਕਿਉਂਕਿ ਹੁਣ ਲੋਕ ਭੁੱਲਦੇ ਜਾਂਦੇ ਆ। ਬਿਲਕੁਲ ਜੀ, ਇਹ ਗੱਲ ਬਿਲਕੁਲ ਸੱਚ ਹੈ, ਕਿਉਂਕਿ ਅਸੀਂ ਬਹੁਤ ਕੁਛ ਵੈਸੇ ਆਪਣੀ ਜਿਹੜੀ ਪੰਜਾਬੀ ਭਾਸ਼ਾ ਹੀ ਆ ਜੇ ਆਪਾਂ ਗੱਲ ਕਰੀਏ, ਉਹਦੇ ਵੀ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਵਰਡ ਆ ਜਿਹੜੇ ਇੰਗਲਿਸ਼ ਤੇ ਆ ਚੁੱਕੇ ਆ ਜੀ, ਸਾਨੂੰ ਬਹੁਤ ਸਾਰੇ ਵਰਡਾਂ ਦਾ ਪਤਾ ਵੀ ਨਹੀਂ ਹੈ। ਅਗਰ ਤੁਸੀਂ ਉਹ ਕੋਈ ਵਰਡ ਏਦਾਂ ਦਾ ਕੋਈ ਜਿਹੜਾ ਨਹੀਂ ਜ਼ਿਆਦਾ ਆਪਾਂ ਯੂਜ਼ ਕਰਦੇ ਵਰਤਦੇ, ਕਿਸੇ ਨੂੰ ਪੁੱਛੋ ਤਾਂ ਬਾਕੀ ਸਮੇਂ ਦਾ ਹੇਰ ਫੇਰ ਹੁੰਦਾ, ਹਰ ਚੀਜ਼ ਕਦੇ ਮਤਲਬ ਕੋਈ ਚੀਜ਼ ਅੱਗੇ ਆਈ ਜੀ ਕਦੇ ਕੋਈ ਪਿੱਛੇ ਆਈ, ਬਿਲਕੁਲ ਸਮਾਂ ਬੜਾ ਬਲਵਾਨ ਹੈ। ਫਿਰ ਇਸ ਤਰ੍ਹਾਂ ਆ ਜਾਂਦੀ ਹੈ ਗੱਲਬਾਤ, ਜਿਸ ਤਰ੍ਹਾਂ ਗਿਆਨੀ ਗੁਰਦਿੱਤੀ ਸਿੰਘ ਜੀ ਨੇ ਆਪਣੇ ਇੱਕ ਕਿਤਾਬ ਲਿਖੀ ਸੀ ਪੰਜਾਬੀ ਦੀ, ਮੇਰਾ ਪਿੰਡ, ਉਹਦੇ ਵਿੱਚ ਉਹ ਲਿਖਦੇ ਆ ਆਪਣੇ ਬਲ ਸਾਹਿਬ ਵੀ, ਕਹਿੰਦਾ ਕੀ ਹੋਇਆ ਜੇ ਭਾਰਤ ਦੇ ਸਾਰੇ ਪਿੰਡ ਮਾਡਲ ਟਾਊਨ ਬਣਦੇ ਜਾਂਦੇ ਆ, ਬੜੀ ਤਰੱਕੀ ਕਰਦੇ ਜਾਂਦੇ ਆ, ਕਹਿੰਦੇ ਬਿਜਲੀ ਆ ਗਈ ਆ ਸਾਰੇ ਪਿੰਡਾਂ ਦੇ ਵਿੱਚ, ਪਰ ਮੇਰੇ ਪਿੰਡ ਵਿੱਚ ਨੂੰ ਕਹਿੰਦੇ ਅਜੇ ਪੱਕੀ ਕਹਿੰਦੇ ਮਤਲਬ ਸੜਕ ਨੀ ਬੱਜੀ, ਕੱਚੀ ਫਿਰਨੀ ਜਾਂਦੀ ਆ, ਹਾਂਜੀ ਡੰਡੀਆਂ ਜਾਂਦੀਆਂ ਵਾ, ਪਰ ਕਹਿੰਦਾ ਕਿਤੇ ਬਾਹਰੋਂ ਆਏ ਸੈਲਾਨੀਆਂ ਨੂੰ ਪੁਰਾਣਾ ਭਾਰਤ ਦਿਖਾਉਣਾ ਹੋਇਆ ਤੇ ਮੇਰਾ ਪਿੰਡ ਪਹਿਲੇ ਨੰਬਰ ਤੇ ਹੋ ਗਿਆ। ਗੁਰਦੇਵ ਸਿੰਘ ਜੀ ਲਿਖਦੇ ਆ ਮੇਰਾ ਪਿੰਡ ਦੇ ਵਿੱਚ, ਦਾਸ ਨੇ ਜਦੋਂ ਬੀਏ ਉਹਨੇ ਪੰਜਾਬੀ ਕੀਤੀ ਉਦੋਂ ਇਹ ਪੜੀ ਗੱਲਬਾਤ ਉਹਨਾਂ ਦੀ, ਹਾਂਜੀ ਉਦੋਂ ਕਹਿੰਦੇ ਮੇਰਾ ਪਿੰਡ ਪਹਿਲੇ ਨੰਬਰ ਤੇ ਹੋਊਗਾ ਜਦੋਂ ਪੁਰਾਣਾ ਭਾਰਤ ਦਿਖਾਉਣਾ ਹੋਇਆ। ਵਾਹ ਜੀ ਵਾਹ, ਕੀ ਬਾਤ, ਸਹੀ ਗੱਲ, ਬਿਲਕੁਲ ਜੀ। ਪੰਡਾ ਸਾਹਿਬ ਜਿਹੜਾ ਗਾਉਣ ਦਾ ਰੁਝਾਨ ਹੈ ਤੁਹਾਡਾ, ਕਦੋਂ ਕਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ
ਜਦੋਂ ਮੈਂ ਕਿਤੇ ਕਣਕਾਂ ਪਾਨੇ ਆ ਖੂਹ ਪਾਉਣੇ ਉਦੋਂ ਮੈਂ ਜਰੂਰ ਗਾਉਣਾ। ਹਾਸੇ ਵਾਲੀ ਗੱਲ ਆ, ਮੇਰੇ ਫਾਦਰ ਸਾਹਿਬ ਨੇ ਰੂੜੀ ਮੁੱਲ ਲੈ ਲਈ ਇੱਕ ਵਾਰੀ ਸਾਰੇ ਵਪਾਰੀਆਂ ਨੂੰ ਪਾਉਣ ਲਈ। ਰੂੜੀ ਤੇ ਗਰਮੀ ਬੜੀ ਸੀ ਤੇ ਗਰਮੀ ਬੜੀ ਤੇ ਰੂੜੀ ਅਸੀਂ ਰਾਤ ਨੂੰ ਪਾਉਂਦੇ ਹੁੰਦੇ ਤੇ ਦਿਨ ਨੂੰ ਜਾਣੀ ਸੌਣਾ। ਅੱਛਾ ਜੀ। ਤੇ ਮੈਂ ਰਾਤ ਨੂੰ ਨਾ ਰੂੜੀ ਦਾ ਗੱਡਾ ਲੱਦਿਆ ਤੇ ਮੈਂ ਲਈ ਜਾਣ ਡਿਆ ਤੇ ਮੈਂ ਗਾਉਣ ਡਿਆ ਆਪਣੇ ਕਰਜੀ ਧੂਰੀ ਸਾਹਿਬ ਦਾ ਗੀਤ। ਹਾਲਾਂਕਿ ਧਰਮ ਗੀਤ ਸੀ ਉਹ। ਜੀ ਜੀ। ਰੱਬ ਨਾਲ ਠੱਗੀਆਂ ਘੁਮਾਰੇ ਬੰਦੇ, ਰੱਬ ਨਾਲ ਠੱਗੀਆਂ ਘੁਮਾਰੇ ਬੰਦਿਆ, ਦਿਨ ਰਾਤ ਪਾਪਾਂ ਚ ਗੁਜ਼ਾਰੇ ਬੰਦਿਆ। ਇਹ ਮੈਂ ਗਾਉਣ ਡਿਆ ਤੇ ਯਾਗਰ ਸ਼ਰਾਬ ਨਾਲ ਰੱਜਿਆ ਹੈ ਤਾਂ ਡਾਂਗ ਉਹਦੇ ਕੋਲ। ਅੱਛਾ ਜੀ। ਓਏ ਕਹਿੰਦਾ ਕੌਣ ਆ ਤੂੰ? ਮੈਂ ਕਿਹਾ ਮੈਂ ਪਸੰਸੋਂ ਲੰਬੜਦਾ ਦਾ ਮੁੰਡਾ। ਕਹਿੰਦਾ ਤੈਨੂੰ ਸ਼ਰਮ ਨੀ ਆਉਂਦੀ ਤੂੰ ਗਾਉਣ ਡਿਆ? ਮੈਂ ਕਿਹਾ ਮੈਂ ਕਿਹੜਾ ਉੱਥੇ ਮਤਲਬ ਲੱਚਰ ਗਾਉਣ ਡਿਆ, ਰੱਬ ਨਾਲ ਗੱਲਾਂ ਕਰਨ ਡਿਆ। ਕਹਿੰਦਾ ਬੰਦ ਕਰ ਇਹਨੂੰ। ਕਹਿੰਦਾ ਉਹ ਮੈਂ ਉਹ ਮੈਨੂੰ ਕਹਿੰਦਾ ਜੇ ਮੁੜ ਕੇ ਕਹਿੰਦਾ ਤੂੰ ਗਾਇਆ ਦੇਖ ਲਈ ਲੰਬੜਦਾਰ ਨੂੰ ਲਾਂਭਾ ਦੇਵਾਂਗੇ। ਇਹਨੂੰ ਹੋਇਆ ਤੇ ਮੈਂ ਜਦੋਂ ਸਵੇਰ ਸੌਂ ਗਿਆ ਜਾ ਕੇ ਸਵੇਰ ਮੈਂ ਆਪਣੇ ਭਾਬੀ ਨੂੰ ਦੱਸਿਆ, ਮੈਂ ਕਿਹਾ ਵੀ ਯਾਗਰ ਨੇ ਰਾਤੀ ਮੈਨੂੰ ਮੈਂ ਦਬਕਾ ਮਾਰਿਆ। ਫਾਦਰ ਮੇਰਾ ਸਿੱਧਾ ਉਹਦੇ ਗਿਆ ਘਰ। ਉਹ ਕਹਿੰਦਾ ਵੀ ਯਾਗਰਾ ਕਹਿੰਦਾ ਮੁੰਡਾ ਮੇਰਾ ਗਾਉਣ ਡਿਆ ਰਾਤ ਰੂੜੀ ਪਾਉਂਦੇ, ਤੂੰ ਕਿਤਾ ਰੋਕਦਾ ਨੂੰ ਹੋਏ? ਅੱਛਾ। ਉਹ ਕਹਿੰਦਾ ਲੰਬੜਦਾਰ ਜੀ ਮੈਂ ਜੀ ਦੀ ਮਾਫ਼ੀ ਚਾਹੁੰਦਾ। ਕਹਿੰਦਾ ਜੇ ਗਲਤ ਗੁਜ਼ਾ ਤਾਂ ਰੋਕ। ਉਹ ਕਹਿੰਦਾ ਰੱਬ ਦੀਆਂ ਗੱਲਾਂ ਕਰਨ ਡਿਆ। ਕਹਿੰਦਾ ਲੰਬੜਦਾਰ ਜੀ ਮਾਫ਼ੀ ਚਾਹੁੰਦੇ ਆ। ਫੇਰ ਖੁੱਲਦਾ ਖੁੱਲਦਾ ਝੱਸ ਖੁੱਲ ਗਿਆ। ਫਿਰ ਇਹ ਜਿੰਦਰ ਪੜਾ ਤੋਂ ਤੁਹਾਨੂੰ ਪਤਾ ਇਹ ਫਿਰ ਬੰਦਾ ਹੈਗਾ ਵਾ ਹਰਪਨ ਮੌਲਾ, ਇਹ ਮਤਲਬ ਖੁੱਲ ਕੇ ਗਾਉਂਦਾ ਰਿਹਾ। ਸਾਡੀ ਹਵੇਲੀ ਅਸੀਂ ਇਕੱਠੇ ਹੁੰਦੇ ਹੁੰਦੇ ਸੀ ਘਰਦਿਆਂ ਤੋਂ ਚੋਰੀ ਚੋਰੀ ਨਾ, ਸਾਡੇ ਤਾਏ ਚਾਚੇ ਦੇ ਪੁੱਤ ਹੋਣੇ, ਅਸੀਂ ਮਤਲਬ ਇਹਨੇ ਵੀ ਆ ਜਾਣਾ ਤਾਕੀ ਦੀ ਢੋਲਕੀ ਵਜਾਉਣ ਲੱਗ ਪੈਣਾ ਮਤਲਬ ਬਾਰੀ ਦੀ ਹਾਂਜੀ, ਤੇ ਇਹਨਾਂ ਨੇ ਗਾਉਣ ਲੱਗ ਪੈਣਾ ਜਿਹਨੇ ਜਿਹਨੇ ਜੋ ਜੋ ਆਉਂਦਾ ਨਾ, ਬਸ ਫਿਰ ਦੱਬੀ ਜਾਣਾ ਕੰਮ ਨੂੰ। ਉਦੋਂ ਫਿਰ ਹੌਲੀ ਹੌਲੀ ਫਿਰ ਝਾਕਾ ਖੋਲੀ ਅਸੀਂ ਹੌਲੀ ਹੌਲੀ, ਪਰ ਘਰਦਿਆਂ ਤੋਂ ਚੋਰੀ ਗਾਉਂਦੇ ਹੁੰਦੇ ਛੇਤੀ ਕਿਤੇ ਉਹਨਾਂ ਦੇ ਸਾਹਮਣੇ ਨਹੀਂ ਸੀ। ਉਹ ਸਮਾਂ ਐਸਾ ਸੀ ਉਸ ਟਾਈਮ ਦਾ, 70ਵਿਆਂ ਦਾ। ਤੇ ਬਿਲਕੁਲ ਜੀ, ਤੁਹਾਨੂੰ ਪੰਡਾਰ ਸਾਹਿਬ ਜੀ ਯਾਦ ਹੋਣਾ ਜੀ, ਉਹ ਦਿਨ ਜਦੋਂ ਸਾਡਾ ਵਿਆਹ ਹੋਇਆ ਸੀ ਤੇ ਤੁਹਾਡੇ ਗਰੁੱਪ ਨੇ ਗਾਣਾ ਮਤਲਬ ਗਰੁੱਪ ਕੀਤਾ ਸੀ ਤੁਹਾਡਾ ਉਦੋਂ? ਹਾਂਜੀ ਹਾਂਜੀ, ਪਹਿਲਾ ਗਰੁੱਪ ਹੁੰਦਾ ਸੀਗਾ ਪਰਵਾਨਾ ਸੰਗੀਤ, ਪਰਵਾਨਾ ਸੰਗੀਤ। ਹਾਂਜੀ, ਪੁਰਾਣਾ ਗਰੁੱਪ ਮੈਨੂੰ ਪੂਰਾ ਯਾਦ ਆ, ਪੂਰਾ ਯਾਦ ਆ। ਮਤਲਬ ਮੈਨੂੰ ਤੇ ਇੰਨਾ ਵੀ ਯਾਦ ਆ ਵੀ ਆਪਣੇ ਭਾਜੀ ਬਲਵਿੰਦਰ ਪਾਲ ਜੀ ਨੇ ਮੈਨੂੰ ਸਟੇਜ ਤੋਂ ਧੂੜਿਆ ਸੀ, ਕਹਿੰਦਾ ਕਹਿੰਦਾ ਪਰਿਵਾਰਕ ਆਪਣਾ ਕਹਿੰਦਾ ਕੰਮ ਕਰਦਾ ਸਾਰਾ ਤੈਨੂੰ ਨੱਚਣ ਲਾਉਣਾ ਇੱਥੇ। ਮੈਂ ਕਹਿੰਦਾ ਮੈਨੂੰ ਸਟੇਜ ਤੇ ਰਹਿਣ ਦੇ ਗਾਣਾਂ ਦੇ। ਹਾਂਜੀ, ਮੈਂ ਡਾਂਸ ਵੀ ਕੀਤਾ ਤੁਹਾਡੇ ਵਿਆਹ ਦੇ ਵਿੱਚ, ਮੈਨੂੰ ਪੂਰਾ ਯਾਦ ਆ। ਮਤਲਬ ਪੂਰਾ ਆਪਾਂ ਇੰਜੋਇਮੈਂਟ ਪੂਰੀ ਕੀਤੀ ਸੀ। ਹਾਂਜੀ, ਸਾਡਾ ਬਾਲੀ ਜੀ ਪਹਿਲਾਂ ਤੋਂ ਰਿਹਾ ਹੀ ਇਸ ਤਰ੍ਹਾਂ ਵਾ ਵੀ ਜਿਹੜੇ ਵੀ ਪਰਿਵਾਰ ਚ ਇੱਕ ਵਾਰੀ ਚਲੇ ਗਏ ਨਾ, ਉਸ ਪਰਿਵਾਰ ਨੇ ਸਾਨੂੰ ਬਹੁਤ ਮਾਣ ਪਿਆਰ ਸਤਿਕਾਰ ਦਿੱਤਾ ਤੇ ਅਸੀਂ ਵੀ ਆਪਣੇ ਵੱਲੋਂ ਆਪਣੇ ਪਰਿਵਾਰ ਦਾ ਪ੍ਰੋਗਰਾਮ ਸਮਝ ਕੇ ਕਰਦੇ ਰਹੇ। ਕੋਈ ਗਵਈਏ ਨੀ ਅਸੀਂ, ਨਾ ਕੋਈ ਬੜੇ ਰਾਈਟਰ ਹੀ ਵਧੀਆ ਵਾ, ਪਰ ਇੱਕ ਗੱਲ ਜ਼ਰੂਰ ਸਿੱਖੀ ਵੀ ਪਰਿਵਾਰ ਦੀ ਜਿਹੜੇ ਚ ਵੀ ਜਾਣਾ ਉੱਥੇ ਪਰਿਵਾਰ ਦੇ ਜਿਹੜੀ ਇੱਜ਼ਤ ਕਿਸੇ ਦੀ ਕਰਨੀ, ਰਿਸਪੈਕਟ ਕਰਨੀ, ਕਿਸੇ ਦਾ ਸਤਿਕਾਰ ਕਰਨਾ ਸਭ ਤੋਂ ਵੱਡੀ ਗੱਲ ਹੈ। ਇਹੀ ਮਤਲਬ ਹਾਂਜੀ ਹਾਂਜੀ ਇਹੀ ਪਾਲਿਆ ਮਤਲਬ ਹਾਂਜੀ ਇਹੀ ਚੀਜ਼ ਹੈ। ਪੰਡਾਰ ਸਾਹਿਬ ਜੀ, ਕੋਈ ਬਚਪਨ ਦੀ ਗੱਲ ਸਾਡੇ ਨਾਲ ਸ਼ੇਅਰ ਕਰੋਗੇ ਜੀ? ਬਚਪਨ ਦੀ ਤਾਂ ਸੁਣਾਤੀ, ਉਹ ਮੈਂ ਰੂੜੀ ਪਾਉਂਦੇ, ਬਾਕੀ ਦੇਖ ਲਓ ਵੀ ਉਹਦਾ ਇਹਦਾ ਵੀ ਮੈਂ ਸੰਗਦਾ ਬਹੁਤ ਸੀ ਵੇ। ਹਾਂਜੀ ਹਾਂਜੀ, ਮੈਨੂੰ ਯਾਦ ਆ ਗਈ ਆਉਣ ਦਿਓ ਜੀ। ਹਾਂਜੀ, ਆਪਣੇ ਤੁਹਾਨੂੰ ਪਤਾ ਪੁਰਾਣੇ ਜਿਹੜੇ ਬਜ਼ੁਰਗ ਆ ਨਾ ਆਪਣੇ, ਜਦੋਂ ਮਤਲਬ ਸਿਆਣੇ ਬੰਦੇ ਬੈਠੇ ਹੋਣ ਕਿਤੇ ਤੇ ਪਹਿਲੀਆਂ ਦੇ ਵਿੱਚ, ਇਹ ਗੱਲ ਮੈਂ ਕੋਈ 65 ਦੀ ਕਰਦਾ ਵਾ, ਮਤਲਬ ਉਦੋਂ ਸਾਡੇ ਵਰਗੇ ਬੱਚੇ ਜਿਹੜੇ ਸੀ ਨਾ, ਆਪਾਂ ਸਾਰੇ ਉਹ ਬਜ਼ੁਰਗਾਂ ਅੱਗੇ ਅੱਖ ਨਵਾ ਹੁੰਦੇ ਸੀ। ਹਾਂਜੀ, ਬਜ਼ੁਰਗਾਂ ਦੇ ਅੱਗੇ ਮਤਲਬ ਬੋਲਣਾ ਨੀ ਜਾਂ ਮਤਲਬ ਬੜੇ ਉਹਨਾਂ ਦੇ ਆਖੇ ਲੱਗਣਾ ਜਾਂ ਹਨਾ, ਇਹ ਗੱਲਾਂ ਬਾਤਾਂ ਬਹੁਤ ਹੁੰਦੀਆਂ ਸੀਗੀਆਂ। ਤੇ ਇੱਕ ਵਾਰੀ ਪਰਗਣ ਮੇਰੇ ਨਾਲ ਤੇ ਬਜ਼ੁਰਗ ਬੈਠੇ ਦੋ ਤਿੰਨ, ਸਾਡਾ ਬਾਬਾ ਵੀ ਬੈਠਾ ਉੱਥੇ ਅੱਡੇ ਤੇ ਪੜਾਣਾ ਦੇ ਅੱਡੇ ਤੇ, ਤੇ ਇਹ ਮੈਨੂੰ ਪੁੱਛਦੇ ਕਿਤੇ ਵੀ ਆ ਮੁੰਡਾ ਤੇਰੇ ਨਾਲ ਕੌਣ ਆ ਆਪਣੇ ਜਿਹੜਾ ਖੜਾ? ਮੈਂ ਕਿਹਾ ਜੀ ਇਹ ਨੰਬੜਦਾਰਾਂ ਦਾ ਮੁੰਡਾ ਛੋਟਾ। ਅੱਛਾ ਜੀ। ਅੱਛਾ, ਕਹਿੰਦਾ ਕਹਿੰਦਾ ਇਹਦੇ ਨਾਲ ਗੱਲ ਕਰਨੀ ਕਹਿੰਦੇ। ਮੈਂ ਕਿਹਾ ਹਾਂਜੀ ਦੱਸੋ। ਮੈਂ ਸਮਝ ਗਿਆ ਸੀ ਉਸੇ ਵੇਲੇ, ਇਹਨੇ ਨਾ ਲੋਫਰਾਂ ਜਿਹਾ ਵਾਂਗੂ ਪਾ ਕੇ ਇੱਦਾਂ ਵੜੀ ਹੋਈ ਸਿਰ ਤੇ, ਹਾਂਜੀ, ਤੇ ਮਤਲਬ ਵੀ ਸਿਰ ਨੰਗਾ ਉਦਾਂ ਜੂੜਾ ਇਹਦਾ ਨਾ। ਤੇ ਉਹ ਕਹਿੰਦੇ ਵੀ ਜਵਾਨਾ ਆਪਾਂ ਜਿਹੜੀ ਪੱਗ ਬੰਨੀ ਦੀ ਆ ਵੀ ਸਿਰ ਢਕਣ ਲਈ ਬੰਨੀ ਦੀ ਗਾ ਨੰਗਾ ਰੱਖਣ ਲਈ, ਇਹਨੇ ਉਸੇ ਵੇਲੇ ਸਿਰ ਤੇ ਹੱਥ ਵਿੱਚ ਮਠਾ ਮਠਾ ਜਿਹਾ ਫੇਰਨਾ ਸ਼ੁਰੂ ਕਰਤਾ, ਗੜ ਦੇ ਨਾਲ ਢਕਣਾ ਸ਼ੁਰੂ ਕਰਤਾ। ਤਕਰੀਬਨ ਜਦੋਂ ਦੇ ਆਏ ਨਾ 1980 ਦੇ, ਉਦੋਂ ਦੇ ਜਾਣਦੇ ਆ, ਮਤਲਬ ਇਹਨਾਂ ਦਾ ਰਿਹਾ ਮਤਲਬ ਸਾਡੇ ਨਾਲ ਬਹੁਤ ਵਧੀਆ ਰਾਬਤਾ ਰਿਹਾ, ਮਤਲਬ ਬਹੁਤ ਵਧੀਆ। ਮੈਂ ਹੈਰਾਨ ਇਸ ਗੱਲ ਤੋਂ ਭਾਜੀ ਤੋਂ ਵੀ, ਭਾਜੀ ਵੀ ਬੜਾ ਸੰਗਾਊ ਰਿਹਾ
ਹਾਂਜੀ ਅੱਡਾ ਸਾਹਿਬ ਤੇ ਗੱਲਾਂ ਬਾਤਾਂ ਪਹਿਲਾਂ ਅਸੀਂ ਕਰਦੇ ਰਹੇ ਆਪਣੇ ਇੱਦਾਂ ਮਹਿਫਲਾਂ ਚ ਪੈਂਦੇ ਰਹੇ ਆ ਤੇ ਪਰ ਰੇਡੀਓ ਦੇ ਉੱਤੇ ਬਹੁਤ ਵਧੀਆ ਗੱਲਬਾਤ ਉਹਨਾਂ ਦੀ ਜਿਹੜੀ ਮੈਂ ਸੁਣਦਾ ਹਾਂ ਬਹੁਤ ਵਧੀਆ ਹਾਂਜੀ ਤੇ ਨਾਲ ਤੁਹਾਡੀ ਵੀ ਮਤਲਬ ਤੁਸੀਂ ਵੀ ਉਦੋਂ ਸੰਗਾਉਜੇ ਹੁੰਦੇ ਸੀ ਪਰ ਬਹੁਤ ਖੁੱਲ ਕੇ ਮਤਲਬ ਵਧੀਆ ਬੋਲਦੇ ਕਿਉਂਕਿ ਜਿਹੜਾ ਇਹ ਪਲੇਟਫਾਰਮ ਹੈ ਜਿਹੜੇ ਇਹ ਤੋਤਾ ਬਣਾ ਦਿੰਦਾ ਬੰਦੇ ਨੂੰ ਵਾਹ ਜੀ ਵਾਹ ਇੱਥੇ ਚੋਇਸ ਨਹੀਂ ਨਾ ਹੈਗੀ ਚੋਇਸ ਨਹੀਂ ਹੈਗੀ ਬੋਲਣ ਦਾ ਪੈਣਾ ਬੋਲਣਾ ਹੀ ਪੈਂਦਾ ਤੇ ਨਾਲ ਦੀ ਨਾਲ ਸਾਪਾਂ ਨੂੰ ਯਾਦ ਕਰ ਗਏ ਸੋਹਣ ਸਿੰਘ ਦੀ ਪੁੱਟੀ ਵਾਲੇ ਆਹੋ ਉਹ ਵੀ ਉਹਨਾਂ ਦਾ ਵੀ ਸਾਥ ਸਾਡਾ 1980 ਤੋਂ ਜਦੋਂ ਦੇ ਆਏ ਆ ਜੀ ਜੀ ਹਾਜੀ ਬਲਦੇਵ ਮਸਤਾਨਾ ਜੀ ਇਹਨਾਂ ਦੀ ਬਦੌਲਤ ਅਸੀਂ ਇਹਨਾਂ ਵੱਲ ਦੇਖ ਕੇ ਅਸੀਂ ਬਹੁਤ 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 ਚੰਗੇ ਇਨਸਾਨ ਨੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਇਹਨਾਂ ਦੇ ਨਾਲ ਹਾਂਜੀ ਤੇ ਹਮੇਸ਼ਾ ਜਿੰਨੀ ਰਿਸਪੈਕਟ ਇੱਕ ਵਾਰੀ ਦਿਲ ਦੇ ਕਿਸੇ ਕੋਨੇ ਚ ਇਹਨਾਂ ਦੀ ਬਣੀ ਆ ਉਨੀ ਪੂਰੀ ਦੀ ਪੂਰੀ ਬਿਲਕੁਲ ਸਾਡੀ ਵੀ ਮੁਲਾਕਾਤ ਹੋਈ ਇਸ ਪਲੇਟਫਾਰਮ ਦੇ ਇਹਨਾਂ ਦੇ ਨਾਲ ਬੜੇ ਵਧੀਆ ਇਨਸਾਨ ਹੈ ਪਰ ਕੁਛ ਮਜਬੂਰੀਆਂ ਕਰਕੇ ਉਹ ਨਹੀਂ ਆ ਸਕੇ ਜਾਂ ਜੋ ਵੀ ਹਾਲਾਤ ਇਹਨਾਂ ਦਾ ਮੈਂ ਉਦੋਂ ਫਰਮਾਇਸ਼ ਕੀਤੀ ਸੀ ਇਹਨਾਂ ਦਾ ਲਿਖਿਆ ਗੀਤ ਕੁਲਦੀਪ ਮਾਰ ਜੀ ਨੇ ਹਾਂਜੀ ਹਾਂਜੀ ਪਾਦੇ ਪਿਆਰ ਦੀ ਨੀ ਖੈਰ ਮੁਟਿਆਰੀ ਮੇਰਾ ਫੇਵਰਿਟ ਗੀਤ ਰਿਹਾ ਉਹ ਵੀ ਹਾਂਜੀ ਮਤਲਬ ਇੱਕ ਵਿਰਸਾ ਪੰਜਾਬ ਦਾ ਇਹਨਾਂ ਦਾ ਬਹੁਤ ਸੋਹਣਾ ਲਿਖਿਆ ਸੀ ਭਾਈ ਮਕਬੂਲ ਹੋਇਆ ਗਾਣਾ ਮੁੰਡੇ ਮਾਨਕੀ ਨੇ ਗਾਇਆ ਬਹੁਤ ਸੋਹਣਾ ਉਹ ਵੀ ਬਹੁਤ ਵਧੀਆ ਐਵਰਗ੍ਰੀਨ ਗੀਤ ਹੈ ਮਤਲਬ ਪੰਡਾ ਸਾਹਿਬ ਕਦੀ ਕੋਈ ਤੁਹਾਨੂੰ ਪਛਤਾਵਾ ਹੋਇਆ ਕੋਈ ਚੀਜ਼ ਖਰੀਦੀ ਹੋਵੇ ਬਾਅਦ ਚ ਪਛਤਾਵਾ ਨਹੀਂ ਯਾਰ ਮੈਨੂੰ ਆ ਨਹੀਂ ਸੀ ਲੈਣੀ ਚਾਹੀਦੀ ਜ਼ਿੰਦਗੀ ਚ ਬਈ ਪਛਤਾਵਾ ਉਹ ਤਾਂ ਮੇਰਾ ਸੁਭਾਅ ਇਹਨਾਂ ਹੈ ਨੀ ਜਿਹੜੀ ਚੀਜ਼ ਲੈਣੀ ਹੈ ਨਾ ਉਹ ਸੋਚ ਸਮਝ ਕੇ ਲੈਣੀ ਹੈ ਸੋਚ ਸਮਝ ਕੇ ਲੈਣੀ ਆ ਪੁਰਾਣੇ ਸਮੇਂ ਚ ਮੌਜੇ ਲੈਂਦੇ ਹੁੰਦੇ ਸੀ ਤੇ ਉਹ ਲੱਗਣ ਲੱਗ ਪਿਆ ਬਾਅਦ ਚ ਪਤਾ ਸੋਚਿਆ ਵੀ ਯਾਰ ਆ ਤੇ ਵੇਲੇ ਲੈ ਲੱਕੀ ਜੁੱਤੀ ਵੀ ਟਾਈਟ ਹੁੰਦੀ ਫਿਰ ਉਹ ਕਲਬੂਤ ਜਿਹਾ ਵਿੱਚ ਦੇ ਦਿੰਦੇ ਪੁਰਾਣੀਆਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜ਼ਿੰਦਗੀ ਦੀਆਂ ਯਾਦਾਂ ਜਿਹੜੀਆਂ ਹੈਗੀਆਂ ਕਾਫੀ ਬਾਕੀ ਮੇਰਾ ਆਪਣੇ ਰਿਹਾ ਆਪਣੇ ਬਲ ਸਾਹਿਬ ਛੋਟੇ ਹੁੰਦਿਆਂ ਤੋਂ ਨਾ ਸਕੂਲ ਦੇ ਵਿੱਚ ਗਾਉਣ ਦਾ ਸਮਾਂ ਜਿਹੜਾ ਹੈਗਾ ਵਾ ਵਧੀਆ ਮਿਲਦਾ ਰਿਹਾ ਮਤਲਬ ਆਪਣੇ ਜਦੋਂ ਕਿਤੇ ਸੈਟਰਡੇ ਵਾਲੇ ਦਿਨ ਨਾ ਸ਼ਨੀਵਾਰ ਨੂੰ ਮੀਟਿੰਗ ਹੁੰਦੀ ਸਾਰਾ ਸਕੂਲ ਇਕੱਠਾ ਹੋਣਾ ਇੱਕ ਹੋਰ ਬੜੀ ਵਧੀਆ ਰਹੀ ਗੱਲ ਮੇਰੀ ਜਿਹੜੀ ਹੈਗੀ ਆ ਵੀ ਅੱਗੇ ਹੋ ਕੇ ਜਿਹਨੂੰ ਪੀਟੀ ਕਹਿੰਦੇ ਨਾ ਆਪਣੇ ਪੀ ਹੁੰਦੀ ਉਦਾਂ ਪੀਟੀ ਕਰਵਾਉਂਦਾ ਰਿਹਾ ਮੈਂ ਮਤਲਬ 4-5 ਕਲਾਸਾਂ ਲਗਾਤਾਰ ਮੋਨੀਟਰ ਵੀ ਬਣਦੇ ਰਹੇ ਕਲਾਸਾਂ ਚ ਤੇ ਪਹਿਲਾਂ ਸਕੂਲ ਦੇ ਟੀਚਰਾਂ ਦੇ ਨਾਲ ਮਤਲਬ ਅਧਿਆਪਕਾਂ ਦੇ ਨਾਲ ਬੜਾ ਵਧੀਆ ਪਿਆਰ ਰਿਹਾ ਬਹੁਤ ਵਧੀਆ ਮਤਲਬ ਉਹਨਾਂ ਦੀ ਰਿਸਪੈਕਟ ਅਸੀਂ ਕਰਦੇ ਸੀ ਉਹ ਸਾਡੇ ਨਾਲ ਪਿਆਰ ਬਹੁਤ ਕਰਦੇ ਸੀ ਸਾਰੇ ਟੀਚਰ ਜਿੰਨੇ ਹੈਗੇ ਆ ਮਾਰ ਤੋਂ ਥੋੜੀ ਜਿਹਾ ਕੁੱਟ ਕੱਟ ਤੋਂ ਬਚ ਜਾਂਦੇ ਰਹੇ ਥੋੜੇ ਜਿਹਾ ਤੁਸੀਂ ਤੇ ਬਚ ਰਹੇ ਪੰਡਾ ਸਾਹਿਬ ਤੁਹਾਨੂੰ ਸਕੂਲੋਂ ਕਦੀ ਝਿੜਕਾਂ ਪਈਆਂ ਜਾਂ ਕਦੀ ਬਈ ਪਈਆਂ ਇੱਕ ਦੋ ਵਾਰੀ ਕਿਉਂਕਿ ਕੰਮ ਹੋਇਆ ਨੀ ਮੇਰੇ ਕੋਲ ਪ੍ਰੋਪਰ ਸਕੂਲ ਦਾ ਹਾਂਜੀ ਤੇ ਝਿੜਕਾਂ ਪਈਆਂ ਇੱਕ ਦੋ ਵਾਰੀ ਮੈਂ ਕੁੱਟ ਵੀ ਜਾਣੀ ਤਗੜੇ ਖਾਧੀ ਜਿੱਦਾਂ ਪੁਲਿਸ ਵਾਲੇ ਕੁੱਟਦੇ ਹੁੰਦੇ ਨਾ ਮੇਰਾ ਖਿਆਲ ਇਹ ਹਾਲਾਤ ਵੈਸੇ ਸਾਰਿਆਂ ਦੇ ਆਉਂਦੇ ਹੀ ਆ ਜੀ ਪਿੰਡਾਂ ਜਵਾਕਾਂ ਦੇ ਆ ਜਾਂਦੇ ਅੱਜ ਕੱਲ੍ਹ ਤੇ ਚਲੋ ਬਦਲ ਗਿਆ ਸਮਾਂ ਕੌਣ ਕਿਸੇ ਨੇ ਕਦੀ ਕਦੀ ਬੰਦੇ ਨੂੰ ਹਾਲਾਤ ਵੀ ਨੇ ਮਾਰਦੇ ਪਰ ਸਾਨੂੰ ਤਾਂ ਟੀਚਰ ਮਾਰਦੇ ਸੀ ਉਹਨੇ ਪਹਿਲੀਆਂ ਜਿਹੜੀ ਇੰਡੀਆ ਚ ਕੁੱਟ ਪੈਂਦੀ ਹੁੰਦੀ ਸੀ ਨਾ ਮਾਸਟਰਾਂ ਕੋਲ ਹੁਣ ਤਾਂ ਉੱਥੇ ਵੀ ਹਟ ਗਏ ਹਾਂਜੀ ਤੇ ਮਤਲਬ ਇੱਕ ਸੋਚਣ ਵਾਲੀ ਗੱਲ ਹੈ ਕਿ ਕੁੱਟ ਖਾ ਕੇ ਵੀ ਨਹੀਂ ਪੜੇ ਜਾਂਦਾ ਨਹੀਂ ਪੜਨਾ ਸਾਡਾ ਕਾਲਜ ਦਾ ਜਿਹੜਾ ਸੀ ਨਾ ਸਫ਼ਰ ਚਾਰ ਕਲਾਸਾਂ ਕੀਤੀਆਂ ਮਤਲਬ ਗ੍ਰੈਜੂਏਸ਼ਨ ਕੀਤੀ ਉਹ ਬਹੁਤ ਵਧੀਆ ਰਿਹਾ ਪ੍ਰੋਫੈਸਰਾਂ ਦੇ ਨਾਲ ਇਸ ਤਰ੍ਹਾਂ ਦਾ ਸੀ ਜਿੱਦਾਂ ਦੋਸਤਾਂ ਦੇ ਨਾਲ ਹੁੰਦਾ ਸਾਡੇ ਨਾਲ ਇੱਦਾਂ ਪ੍ਰੋਫੈਸਰ ਸਾਡੇ ਨਾ ਮਤਲਬ ਇੰਨਾ ਪਿਆਰ ਦਿੰਦੇ ਹੁੰਦੇ ਸੀਗੇ ਮਤਲਬ ਜਿਹੜੇ ਹੈ ਨਾ ਹਾਂ ਉਹ ਸਾਡਾ ਬਹੁਤ ਵਧੀਆ ਸਫ਼ਰ ਰਿਹਾ ਮਤਲਬ ਜਿਹੜਾ ਪਰਗਣ ਵੈਸੇ ਉਹ ਤਾਂ ਮਤਲਬ ਵੀ ਥੋੜਾ ਜਿਹਾ ਪਹਿਲਾਂ ਆ ਗਿਆ ਸੀ ਜਰਮਨ 78 ਚ ਆ ਗਿਆ ਜੀ ਹਾਂਜੀ ਤੇ 10 ਫਿਰ ਬਾਅਦ ਚ ਗ੍ਰੈਜੂਏਸ਼ਨ ਕਰਕੇ ਆਇਆ ਆਈਟੀ ਦੇ ਵਿੱਚ ਬਿਲਕੁਲ ਜੀ ਇੱਕ ਸਮਾਂ ਹੋ ਗਿਆ ਛੋਟੀ ਜਿਹੀ ਬ੍ਰੇਕ ਦਾ ਉਸ ਤੋਂ ਬਾਅਦ ਕਰਾਂਗੇ ਮੁਲਾਕਾਤ ਠੀਕ ਹੈ ਪੰਡਾ ਸਾਹਿਬ ਜੀ ਮੈਂ ਤੁਹਾਨੂੰ ਪਹਿਲੇ ਦੱਸਦਾ ਬ੍ਰੇਕ ਤੋਂ ਆਪਣੀ ਤਿਆਰੀ ਕਰ ਲਿਓ ਮੈਂ ਤੁਹਾਨੂੰ 12 ਸਵਾਲ ਪੁੱਛਣੇ ਆ ਕੋਈ ਗੱਲ ਨਹੀਂ ਜੀ ਆਉਣ ਦਿਓ ਤੁਸੀਂ ਦੇਣੇ ਉਹਨਾਂ ਦੇ ਜਵਾਬ ਕਿੱਦਾਂ ਦੇਣੇ ਉਹ ਆਪਾਂ ਬ੍ਰੇਕ ਤੋਂ ਬਾਅਦ ਗੱਲਬਾਤ ਕਰਦੇ ਹਾਂ ਠੀਕ ਹੈ ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ ਇਹਦੀ ਕਰੀ ਸੰਭਾਲ ਨਹੀਂ ਪੈਣੇ ਕਹਿੰਦਾ ਜਿੰਦਰ ਪੰਡਾਲ ਨਹੀਂ ਪੈਣੇ ਜਦੋਂ ਕੱਪੜਾ ਨਹੀਂ ਇੱਜ਼ਤ ਬਣਾਵੇ ਚਾਰ ਚੰਨ ਲਾਉਣ ਲਈ ਪਾਰਟੀ ਵਿੱਚ ਤਨ ਤਨ ਕਰਵਾਉਣ ਲਈ ਰੱਜ ਕੇ ਦੇਸੀ ਡੀਜੇ ਨੂੰ ਬੁਲਾਓ ਤੇ ਪਾਰਟੀ ਦੀ ਸ਼ਾਨ ਵਧਾਓ ਰੱਜ ਕੇ ਦੇਸੀ ਡੀਜੇ ਜਨਮ ਦਿਨ ਪ੍ਰੀ ਵੈਡਿੰਗ ਵਿਆਹ ਸ਼ਾਦੀ ਜਾਂ ਹੋਰ ਕਿਸੇ ਵੀ ਖੁਸ਼ੀ ਦੇ ਮੌਕੇ ਲਈ ਹਮੇਸ਼ਾ ਯਾਦ ਰੱਖੋ ਰੱਜ ਕੇ ਦੇਸੀ ਡੀਜੇ ਟੋਲੀ ਲੇਜ਼ਰ ਲਾਈਟਸ ਐਂਡ ਪਲਾਜ਼ਮਾ ਸਕਰੀਨ ਜਾਗੋ ਤੇ ਕਰਦਾ ਕਮਾਲ ਬੋਲੀਆਂ ਨਾਲ ਰੱਜ ਕੇ ਦੇਸੀ ਵਾਲਾ ਪਰਗਣ ਪੰਡਾਲ ਰੱਜ ਕੇ ਦੇਸੀ ਡੀਜੇ ਟੈਲੀਫੋਨ 07835640857 ਜੀ ਹਾਂ 07835640857 ਸਤਿ ਸ੍ਰੀ ਅਕਾਲ ਜੀ
ਮੈਂ ਹੈ ਕਿਮਰਨ ਕੈਟਰਾ, ਮੈਂ ਸੁਣਦੀ ਹੈ ਰੇਡੀਓ 5, ਤੁਸੀਂ ਵੀ ਸੁਣੋ ਰੇਡੀਓ 5। ਬਿਲਕੁਲ ਜੀ, ਤੁਸੀਂ ਸੁਣ ਰਹੇ ਹੋ ਜੀ ਰੇਡੀਓ 5 ਸਾਡੇ ਮਹਿਮਾਨਾਂ ਦੇ ਨਾਲ, ਪ੍ਰਗਟ ਭੰਡਾਰ ਸਾਹਿਬ, ਸਾਡੇ ਜਿੰਦਰ ਭੰਡਾਰ ਸਾਹਿਬ, ਜਸ਼ਨ ਭੰਡਾਰ ਸਾਹਿਬ ਦੇ ਬਾਲੀ, ਜਸ਼ਨ ਸੰਧੂ ਜੀ ਤੇ ਬਾਲੀ ਸੰਧੂ ਜੀ, ਤੇ ਮੈਂ ਜੀ ਸੁਖੀ ਬਾਲ। ਤੇ ਆਪਣਾ ਸਾਥ ਕੋਈ ਰਹਿ ਗਿਆ ਤਕਰੀਬਨ 17 ਕੁ ਮਿੰਟਾਂ ਦਾ ਜੀ ਤੁਹਾਡੇ ਨਾਲ, ਤੇ ਮੈਂ ਬ੍ਰੇਕ ਤੋਂ ਪਹਿਲਾਂ ਕਿਹਾ ਸੀ ਭੰਡਾਰ ਸਾਹਿਬ ਜੀ ਮੈਂ ਤੁਹਾਨੂੰ 12 ਪੁੱਛਣੇ ਆ ਸਵਾਲ ਜੀ, ਤੁਸੀਂ ਦੇਣੇ ਉਹਨਾਂ ਦੇ ਜਵਾਬ। ਕੋਈ ਨੀ ਜੀ, ਆਉਣ ਦਿਓ। ਜਵਾਬ ਆਪਾਂ ਦੇਣੇ ਇਦਾਂ ਸਿਰਫ ਯੈਸ ਜਾਂ ਨੋ ਦੇ ਵਿੱਚ, ਹਾਂ ਜਾਂ ਨਾ ਦੇ ਵਿੱਚ ਦੇਣੇ ਆ। ਹਾਂ, ਕਿਉਂਕਿ ਟਾਈਮ ਵੀ ਥੋੜਾ, ਤੇ ਅਗਰ ਤੁਸੀਂ ਕਿਸੇ ਸਵਾਲ ਦਾ ਨਹੀਂ ਜਵਾਬ ਦੇਣਾ ਚਾਹੁੰਦੇ, ਤੁਸੀਂ ਕਹਿ ਸਕਦੇ ਹੋ ਕਿ ਅਗਲਾ ਸਵਾਲ ਜਾਂ ਪਾਸ। ਠੀਕ ਹੈ ਜੀ, ਕੋਈ ਨੀ, ਆਪਣਾ ਜਿੰਦਰ ਭੰਡਾਰ ਮੇਰੇ ਨਾਲ ਹੀ ਅਸੀਂ ਇਕੱਠੇ ਹੋਏ, ਇਹਨੇ ਵਿੱਚ ਬਸ ਦੇਣਾ ਸਿਰਫ ਹਾਂ ਜਾਂ ਨਾ ਦੇ ਵਿੱਚ ਆ, ਕੋਈ ਸਪਸ਼ਟੀਕਰਨ ਨਹੀਂ ਦੇਣਾ। ਗਲਤ ਬੋਲੇ ਜਾਂ ਨਹੀਂ ਬੋਲੇ ਭੰਡਾਰ ਸਾਹਿਬ, ਕਿਉਂਕਿ ਬੈਠੇ ਆ। ਲਓ ਜੀ, ਇਹ ਬਚਪਨ ਬਾਰੇ ਸਵਾਲ ਹੈ ਜਿਹੜੇ ਆਪਾਂ ਤੁਹਾਨੂੰ ਪੁੱਛਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਜਿਹੜਾ ਹੈਗਾ ਕਿ ਮਾਂ ਬਾਪ ਕੋਲੋਂ ਕਦੀ ਝਿੜਕਾਂ ਪਈਆਂ ਤੁਹਾਨੂੰ? ਮਾਂ ਬਾਪ ਤੋਂ ਹਾਂ ਜਾਂ ਨਾ, ਸਪਸ਼ਟੀਕਰਨ ਨਹੀਂ ਦੇਣਾ, ਸਿਰਫ ਹਾਂ ਜਾਂ ਨਾ। ਠੀਕ ਹੈ, ਠੀਕ। ਆਹ ਤਾਂ ਆਪਾਂ ਵੈਸੇ ਪੁੱਛ ਲਿਆ, ਚਲੋ ਇੱਕ ਵਾਰੀ ਫੇਰ ਪੁੱਛਦੇ। ਸਕੂਲ ਵਿੱਚ ਜਿੱਦਾਂ ਸਕੂਲ ਦਾ ਕੰਮ ਨਾ ਕਰਨ ਤੇ ਕਦੀ ਕੁੱਟ ਪਈ ਸੀ? ਯੈਸ। ਸਾਈਕਲ ਦੀ ਚੇਨ 'ਚ ਕਦੀ ਪਜਾਮਾ ਫਸਿਆ ਸੀ? ਬਹੁਤ ਵਾਰੀ, ਯੈਸ। ਝੂਠੀ ਮੂਠੀ ਬਿਮਾਰੀ ਦਾ ਬਹਾਨਾ ਲਾ ਕੇ ਸਕੂਲੋਂ ਛੁੱਟੀ ਕੀਤੀ ਸੀ? ਯੈਸ। ਬਚਪਨ 'ਚ ਜਦੋਂ ਡਾਕਟਰ ਨੇ ਕਦੀ ਟੀਕਾ ਲਾਇਆ ਸੀ, ਟੀਕੇ ਤੋਂ ਡਰ ਕੇ ਰੋਏ ਸੀ? ਬਿਲਕੁਲ, ਯੈਸ। ਕੁਲਫੀ ਖਾਣ ਲਈ ਜ਼ਮੀਨ ਤੇ ਲਿਟ ਕੇ ਜਿੱਦ ਕਰਕੇ ਖਾਧੀ ਸੀ ਕਦੀ? ਨੋ। ਜਦੋਂ ਕਦੇ ਤੁਸੀਂ ਪੜ੍ਹਦੇ ਸੀ, ਬੱਸ ਦੇ ਸਮੇਂ ਦੌਰਾਨ ਬਿਨਾਂ ਟਿਕਟ ਤੋਂ ਸਫ਼ਰ ਕੀਤਾ? ਯੈਸ। ਜ਼ਿੰਦਗੀ 'ਚ ਕਦੀ 10 ਤੋਂ ਵੱਧ ਗੋਲ ਗੱਪੇ ਖਾਧੇ? ਯੈਸ। ਜਿਹੜੇ ਕੱਟੀ ਹੋਈ ਪਤੰਗ ਹੈ ਕਦੀ ਲੁੱਟਣ ਲਈ ਦੌੜੇ ਸੀ ਉਹਦੇ ਮਗਰ? ਯੈਸ। ਠੀਕ ਹੈ। ਮੋਰ ਦੇ ਖੰਭ ਆਪਣੀ ਕਿਤਾਬ 'ਚ ਰੱਖੇ ਸੀ? ਯੈਸ। ਸਾਈਕਲ ਤੋਂ ਡਿੱਗ ਕੇ ਗੋਡੇ ਛਿੱਲੇ? ਯੈਸ। ਚੋਰੀ ਕਿਸੇ ਦੇ ਖੇਤ ਵਿੱਚੋਂ ਗੰਨੇ ਤੋੜ ਕੇ ਭੰਨ ਕੇ ਚੁੱਪੇ ਸੀ? ਯੈਸ। ਵੈਲ ਡਨ ਜੀ, ਤਕਰੀਬਨ ਸਾਰੇ ਜੈਸੀ ਆ, ਇੱਕ ਅੱਧਾ ਇੱਕ ਹੀ ਨੋ ਆ। ਕੀਤੇ ਸਾਰੇ ਨਹੀਂ ਆ ਵੈਸੇ ਜੀ। ਜਿੰਦਰ ਭੰਡਾਰੇ ਵਾਕਿਆ ਸਾਂਝਾ ਕਰਦਾ ਵਾ। ਇੱਕ ਵਾਰੀ ਨਾ ਅੱਧੀ ਛੁੱਟੀ ਮੈਂ ਆਪਣੇ ਬੀਬੀ ਦੇ ਖੜੇ ਪੈ ਗਿਆ, ਮੈਂ ਦਾਣੇ ਬਣਾਉਣੇ। ਅੱਛਾ ਜੀ। ਉਹ ਮੈਨੂੰ ਕਹਿੰਦੀ ਵੀ ਤੂੰ ਜਦੋਂ ਸਾਰੀ ਛੁੱਟੀ ਹੋਈ ਉਦੋਂ ਆ ਕੇ ਸਾਰਿਆਂ ਲਈ ਬਣਾ ਲਿਆ ਵੀ ਤੂੰ, ਹੁਣ ਤੂੰ ਰਹਿਣ ਦੇ ਜੀ ਜੀ। ਤੇ ਮੈਂ ਜਿੱਦ ਕੀਤੀ ਜੀ, ਮਤਲਬ ਉਦੋਂ ਮੇਰਾ ਸਿਰਫ ਚੌਥੀ 'ਚ ਪੜ੍ਹਦਾ ਸੀ, ਤੇ ਮੈਂ ਜਿੱਦ ਕੀਤੀ ਵੀ ਨਹੀਂ ਮੈਂ ਦਾਣੇ ਬਣਾਉਣੇ ਆ। ਤੂੰ ਉਹ ਕਹੇ ਤੂੰ ਕੋਠੇ ਤੇ ਚੜ੍ਹ ਹੀ ਸਾਰੇ ਕੋਠੇ ਤੇ ਛੱਡੀਆਂ ਸੀ ਭਾਈ। ਅੱਛਾ ਜੀ। ਲਓ ਜੀ, ਮੈਂ ਕੀ ਕੀਤਾ, ਚੋਰੀ ਚੋਰੀ ਨਾ ਮੈਂ ਕਿਸੇ ਦਾ ਕਿਸੇ ਤਰ੍ਹਾਂ ਕੋਠੇ ਚੜ੍ਹ ਗਿਆ, ਤੇ ਮੈਂ ਕੀ ਕੀਤਾ ਉੱਥੋਂ ਛੱਡੀਆਂ ਆਪਣੀਆਂ ਦੋ ਤਿੰਨ ਲੈ ਕੇ ਨਾ, ਜਿੱਥੋਂ ਵੇਹਲ ਜਿਹਾ ਹੋਇਆ ਉਹਨੂੰ ਹੋਰ ਛੱਡੀਆਂ ਰੱਖਤੀਆਂ ਉੱਥੇ ਲੈ ਕੇ, ਤੇ ਮੈਂ ਆਪਣੇ ਚਾਚੇ ਦੀ ਪੌੜੀ ਉੱਤਰ ਆਇਆ ਜੀ ਜੀ। ਉਹ ਚਾਚੀ ਨੇ ਮੈਨੂੰ ਦੇਖ ਲਿਆ ਉੱਥੋਂ ਉਤਰਦੀ ਨੇ, ਤੂੰ ਰੌਲਾ ਪਾਤਾ ਵੀ ਸਾਡੀਆਂ ਛੱਡੀਆਂ ਚੱਕ ਲਿਆ। ਅੱਛਾ ਜੀ। ਉਹ ਵੋਲਟਾ ਮੇਰੀ ਜੀ ਪੇਸ਼ੀ ਹੋ ਗਈ, ਮਤਲਬ ਜਿਹੜਾ ਹੈਗਾ ਉਦੋਂ ਫਿਰ ਬੀਬੀ ਕੋਲੋਂ ਕੁੱਟ ਪਈ ਥੋੜੀ ਜੀ। ਆਪਣੇ ਚੱਲ ਛੱਡੀਆਂ ਤੂੰ ਆਪਣੇ ਭਾਵਾਂ ਚਾਚੀ ਆ, ਪਰ ਨਾ ਹੁਣ ਤੇਰਾ ਚੋਰੀ ਚ ਲੱਗ ਗਿਆ ਮਤਲਬ ਹੈਗੇ। ਹਾਂਜੀ ਹਾਂ, ਉਦੋਂ ਮੈਨੂੰ ਅਜੇ ਤੱਕ ਮਤਲਬ ਯਾਦ ਆ ਵੀ ਕਪਾਹ ਦੀ ਚਿੱਟੀ ਹੱਥ ਚ ਆ ਗਈ ਸੀ ਬੀਬੀ ਦੇ। ਵਾਹ ਜੀ ਵਾਹ। ਫਿਰ ਆਪਦੀਆਂ ਦੋ ਤਿੰਨ ਚਾਚੀ ਨੂੰ ਫਸਦਾ ਉਦੋਂ ਕੁੱਟ ਤਾਂ ਪੈਂਦੀ ਪਰ ਇੰਨੀ ਪੀੜ ਨਹੀਂ ਹੁੰਦੀ। ਪਰ ਦਾਣੇ ਬਣਾ ਲੈਣ ਦਿੱਤੇ ਮੈਨੂੰ ਉਦਾਂ, ਮੈਂ ਚਾਚੀ ਕਿ ਨਹੀਂ ਚੱਲ ਜਾਣ। ਉਸ ਤੋਂ ਬਾਅਦ ਪਿਆਰ ਵੀ ਮਿਲਦਾ ਜੀ। ਤੇ ਲਓ ਜੀ, ਫਿਰ ਇਹ ਕੋਲਾ ਵੈਸੇ ਆ ਰਹੀ ਹੈ, ਜੇ ਆਪਾਂ ਇੱਕ ਤੁਹਾਡਾ ਗਾਣਾ ਸੁਣਾ ਦਈਏ ਜੀ, ਤਾਂ ਫਿਰ ਆਪਾਂ ਉੱਧਰ ਗੱਲਬਾਤ ਕਰ ਸਕਦੇ ਹਾਂ। ਜ਼ਰੂਰ। ਲਓ ਜੀ।
ਰੌਣਕਾਂ ਲਗਾਉਣ ਆ ਗਏ ਦੇਸੀ ਬੋਈ ਤੇ ਜਸ਼ਨ ਮਨਾਉਣ ਆ ਗਏ ਦੇਸੀ ਬੋਈ। ਬਿਲਕੁਲ ਜੀ, ਸਾਡੇ ਸਟੂਡੀਓ ਚ ਰੌਣਕਾਂ ਲਾਈਆਂ ਜੀ ਇਹਨਾਂ ਨੇ। ਜੀ ਜੀ, ਤੇ ਪੰਡਾ ਸਾਹਿਬ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਲੋਹੜੀ ਵੀ ਆ ਰਹੀ ਹੈ ਜੀ। ਲੋਹੜੀ ਦਾ ਤੇ ਏਦਾਂ ਹੁੰਦਾ ਸੀਗਾ, ਬਲ ਸਾਹਿਬ ਵੀ ਆਪਣੇ ਛੋਟੇ ਜਿਹੜੇ ਹੁੰਦੇ ਸੀ ਉਹਨਾਂ ਵਿੱਚ ਵੀ ਲੋਹੜੀ ਮੰਗਾਈ ਦੀ, ਵੱਡਿਆਂ ਵਿੱਚ ਵੀ ਰਲ ਜੀਦਾ ਸੀ। ਜਿੱਧਰੋਂ ਵੀ ਸੂਤ ਲੱਗਦਾ ਹੈ ਨਾ ਰੇੜੀਆਂ ਰੂੜੀਆਂ ਖਾਣ ਨੂੰ, ਉੱਧਰ ਹੀ ਸੂਤ ਲਾ ਲਈਦਾ ਸੀ, ਕਿਉਂਕਿ ਆਵਾਜ਼ ਵੂਜ ਵਾਹਵਾ ਹੁੰਦੀ ਸੀ, ਸਾਰਿਆਂ ਨੇ ਮੋਹਰੇ ਕਰ ਦੇਣਾ ਵੀ ਚੱਲ ਤੂੰ ਬੋਲ ਮੋਹਰੇ ਸੁੰਦਰ ਮੁੰਦਰੀਏ, ਉਹ ਤੇਰਾ ਕੌਣ ਵਿਚਾਰਾ। ਹਾਂਜੀ, ਇਸ ਤਰ੍ਹਾਂ ਦੇ ਮਤਲਬ ਫਿਰ ਆਪਣੇ ਗੱਲਬਾਤ ਚੱਲਦੀ ਰਹਿੰਦੀ ਸੀ, ਬਹੁਤ ਬਹੁਤ ਮਤਲਬ ਸ਼ੁਗਰ ਕਰਦੇ ਹੁੰਦੇ ਸੀਗੇ। ਤੇ ਲੋਹੜੀ ਦਾ ਕੁਛ ਲਿਖਿਆ ਸੀ, ਚੰਦ ਲਾਈਨਾਂ ਜ਼ਿਆਦਾ ਆ ਗਈਆਂ ਉਹ ਫਿਰ ਮਤਲਬ ਤੁਹਾਨੂੰ। ਹਾਂਜੀ, ਆਉਣ ਲੋੜੀਆਂ ਬਈ ਕਹਿੰਦੇ ਆਉਣ ਲੋੜੀਆਂ, ਪਾਗਾਂ ਵਾਲੇ ਹੁੰਦੇ ਜੋ ਮਨਾਉਣ ਲੋੜੀਆਂ, ਪਾਗਾਂ ਵਾਲੇ ਹੁੰਦੇ ਜੋ ਮਨਾਉਣ ਲੋੜੀਆਂ, ਪਾਗਾਂ ਵਾਲੇ ਹੁੰਦੇ ਜੋ ਮਨਾਉਣ ਲੋੜੀਆਂ, ਪਿਆਰੀਆਂ ਨਿੱਤੀਆਂ ਮਿੱਠੇ ਮੇਰੇ ਬਈ, ਸਭ ਦਾ ਤਾਂ ਰੱਬ ਸਭਨਾ ਨੂੰ ਦੇਵੇ ਬਈ, ਪਿਆਰੀਆਂ ਨਿੱਤੀਆਂ ਮੁੱਤ ਮਿੱਠੇ ਮੇਰੇ ਬਈ, ਸਭ ਦਾ ਤਾਂ ਰੱਬ ਸਭਨਾ ਨੂੰ ਦੇਵੇ ਬਈ, ਸਾਰੇ ਧੀਆਂ ਪੁੱਤਾਂ ਦੀਆਂ ਪਾਉਣ ਲੋੜੀਆਂ, ਪਾਗਾਂ ਵਾਲੇ ਹੁੰਦੇ ਜੋ ਮਨਾਉਣ ਲੋੜੀਆਂ, ਪਾਗਾਂ ਵਾਲੇ ਹੁੰਦੇ ਜੋ ਮਨਾਉਣ ਲੋੜੀਆਂ, ਪਾਗਾਂ ਵਾਲੇ ਹੁੰਦੇ ਜੋ ਮਨਾਉਣ ਲੋੜੀਆਂ। ਲੱਖ ਲੱਖ ਵਧਾਈਆਂ ਸਾਡੇ ਦੇਸੀ ਬੋਏ, ਜੋ ਕਿ ਮੇਰਾ ਵੀਰ ਪ੍ਰਗਣ ਭੰਡਾਲ, ਦਾਸ ਜਿੰਦਰ ਭੰਡਾਲ, ਮੇਰਾ ਵੀਰ ਇਧਰ ਬਾਲੀ ਸੰਧੂ ਜੀ, ਸਾਡੇ ਯਸ਼ਨ ਸੰਧੂ ਜੀ, ਤੇ ਤੁਹਾਡੇ ਵੱਲੋਂ ਵੀ ਕੱਲ ਨੂੰ ਵੈਸੇ ਕਵੀ ਦਰਬਾਰ ਵੀ ਹੋ ਰਿਹਾ ਰੇਡੀਓ ਪੰਜ ਵੱਲੋਂ, ਜਿਹੜਾ ਇਹਦਾ ਜਨਮ ਦਿਨ ਮਨਾਇਆ ਜਾ ਰਿਹਾ ਜੀ। ਵੈਸੇ ਬਾਲ ਸਾਹਿਬ ਮੈਂ ਜਾਣੀ ਹਰ ਸਾਲ ਹੀ ਆਉਣਾ ਜੀ, ਕੱਲ ਮੈਂ ਕੋਈ ਫੈਮਿਲੀ ਦੇ ਰੁਝੇਵਿਆਂ ਦੇ ਕਾਰਨ ਮੈਂ ਉੱਥੇ ਆ ਨਹੀਂ ਸਕਣਾ। ਚਲੋ ਕੋਈ ਗੱਲ ਨਹੀਂ, ਮੈਂ ਰੇਡੀਓ ਪੰਜ ਦੇ ਸਟਾਫ ਮੈਂਬਰ ਕੋਲੋਂ ਪਹਿਲਾਂ ਖਿਮਾ ਦਾ ਜੱਜ ਗਿਆ ਜੀ ਜੀ, ਤੇ ਨੈਕਸਟ ਈਅਰ ਫਿਰ। ਚਲੋ ਜੀ, ਬਿਲਕੁਲ ਜੀ, ਕੋਈ ਕਿਉਂਕਿ ਜ਼ਿੰਦਗੀ ਦੇ ਰੁਝੇਵਿਆਂ 'ਚ ਕਈ ਵਾਰੀ ਇਨਸਾਨ ਨੂੰ ਜਿਹੜੇ ਸਾਰੇ ਕੰਮ ਆ ਉਹ ਕਰਨੇ ਪੈਂਦੇ ਆ। ਵੈਸੇ ਵੀ ਅੱਜ ਕੱਲ ਜਿੱਦਾਂ ਤੁਹਾਡਾ ਗਾਣਾ ਨਵਾਂ ਆਇਆ ਉਹਦਾ ਕਰਕੇ ਵੀ ਤੁਸੀਂ ਬਹੁਤ ਬਹੁਤ ਵਧੀਆ ਗੱਲ ਹੈ ਜੀ। ਤੇ ਇੱਕ ਵਾਰੀ ਫੇਰ ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਜੀ ਤੁਹਾਡੇ ਇਸ ਨਵੇਂ ਗਾਣੇ ਦੀਆਂ, ਜਿਹੜਾ ਕਿ ਬਹੁਤ ਵਧੀਆ ਹੁੰਗਾਰਾ ਮਿਲਿਆ ਜੀ ਇਹਨੂੰ, ਸਾਡੇ ਰੇਡੀਓ ਪੰਜ ਦੀ ਪੂਰੀ ਟੀਮ ਮੈਨੂੰ ਸਾਰੇ ਸੁਣਨ ਵਾਲਿਆਂ ਵੱਲੋਂ ਜੀ ਤੇ ਬਾਲ ਸਾਹਿਬ ਇੱਕ ਮੈਸੇਜ ਆ ਜੀ, ਕਹਿੰਦੇ ਵੀ ਰੁੱਖੀ ਸੁੱਖੀ ਖਾਈਏ ਭਾਵੇਂ ਖਾਈਏ ਨਾਲ ਪਿਆਰ, ਪਿਆਰ ਨਾਲ ਹੀ ਆਉਂਦੀ ਜ਼ਿੰਦਗੀ ਵਿੱਚ ਬਹਾਰ, ਕਦੇ ਕਿਸੇ ਨਾ ਕਰੀਏ ਨਾ ਜ਼ਿੰਦਗੀ ਵਿੱਚ ਤਕਰਾਰ, ਮਿਹਰ ਕਰੀ ਤੂੰ ਸਭ ਤੇ ਰੱਬਾ, ਸਾਡੇ ਵਸਦੇ ਰਹਿਣ ਪਰਿਵਾਰ, ਸਾਡੇ ਖੁਸ਼ ਰਹਿਣ ਪਰਿਵਾਰ, ਸਾਡੇ ਵਸਦੇ ਰਹਿਣ ਪਰਿਵਾਰ। ਰੇਡੀਓ ਪੰਜ ਦੇ ਸਾਰੇ ਸਟਾਫ ਮੈਂਬਰਾਂ ਜਿਨ੍ਹਾਂ ਨੇ ਸਾਨੂੰ ਬੁਲਾ ਕੇ ਤੇ ਮਾਣ ਸਤਿਕਾਰ ਬਖਸ਼ਿਆ, ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਰੇਡੀਓ ਪੰਜ ਪੰਜ ਧਰਮ ਦੀ ਆਵਾਜ਼, ਜਿੰਦਾਬਾਦ। ਹਾਂਜੀ, ਤੇ ਬਾਕੀ ਜਿਹੜਾ ਇਹ ਗੀਤ ਆਪਣਾ ਚੁੰਨੀ ਦਾ ਆਇਆ ਜੀ, ਹਾਂਜੀ, ਤੇ ਇਹੀ ਮਤਲਬ ਹੈਗਾ, ਸਾਰਿਆਂ ਨੂੰ ਗੁਜ਼ਾਰਿਸ਼ ਆ ਕਿ ਇਹਨੂੰ ਪ੍ਰਮੋਟ ਕਰੋ ਤੇ ਤੁਸੀਂ ਵੀ ਅੱਗੇ ਇਸ ਗੀਤ ਨੂੰ ਸ਼ੇਅਰ ਕਰੋ, ਕਿਉਂਕਿ ਇਹ ਗੀਤ ਬਹੁਤ ਹੀ ਮਤਲਬ ਜਿਹੜਾ ਹੈਗਾ ਵਾ ਆਪਣੇ ਬੜੀ ਮਿਹਨਤ ਦੇ ਨਾਲ ਲਿਖਿਆ ਗਿਆ, ਮਿਹਨਤ ਦੇ ਨਾਲ ਇਹਦਾ ਮਤਲਬ ਜਿਹੜੀ ਰਿਕਾਰਡਿੰਗ ਕੀਤੀ ਗਈ, ਵੀਡੀਓ ਬਣਾਈ ਗਈ। ਹਾਂਜੀ, ਤੇ ਇਹ ਸਾਨੂੰ ਪੂਰੀ ਆਸ ਆ ਬਾਹਰ ਬੈਠੇ ਸਰੋਤਿਆਂ ਤੇ ਕਿ ਉਹ ਸਾਰੇ ਇੱਕ ਦੂਜੇ ਨਾਲ ਸ਼ੇਅਰ ਕਰਨਗੇ ਔਰ ਗੀਤ ਨੂੰ ਪ੍ਰਮੋਟ ਕਰਨਗੇ। ਬਹੁਤ ਬਹੁਤ ਸ਼ੁਕਰੀਆ, ਔਰ ਫਿਰ ਹੌਸਲਾ ਬਜਾਈ ਵਾਸਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਹਾਡੇ ਰੇਡੀਓ ਪੰਜ ਦੀ ਸਾਰੀ ਟੀਮ ਦਾ, ਤੇ ਸ਼ਿੰਦਾ ਸਰੀਲਾ ਜੀ, ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਅਸੀਂ ਕਿ ਤੁਸੀਂ ਇੱਥੇ ਸੱਦ ਕੇ ਸਾਨੂੰ ਮਾਣ ਪਿਆਰ ਸਤਿਕਾਰ ਦਿੱਤਾ, ਤੇ ਵਧਾਈ ਦੇ ਪਾਤਰ ਆ ਤੁਸੀਂ ਬਾਲ ਸਾਹਿਬ। ਥੈਂਕ ਯੂ ਜੀ, ਤੁਹਾਡੀ ਹੌਸਲਾ ਅਫਜ਼ਾਈ ਦਾ। ਵੈਸੇ ਆਪਣੀ ਮੁਲਾਕਾਤ ਤੇ ਹੁੰਦੀ ਰਹਿੰਦੀ ਆ, ਪਰ ਇਸ ਪਲੇਟਫਾਰਮ ਤੇ ਗੱਲਬਾਤ ਪਹਿਲੀ ਵਾਰੀ ਹੋਈ ਹੈ। ਸਾਨੂੰ ਵੀ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਤੇ ਬਾਲੀ ਸਾਹਿਬ ਜੀ, ਤੁਸੀਂ ਕੋਈ ਸੁਨੇਹਾ ਚਾਹੁੰਦੇ ਜਾਂਦੇ? ਸੁਨੇਹਾ ਤਾਂ ਲੋਕ ਸਾਰੇ ਉਦੋਂ ਹੀ ਬਹੁਤ ਸਿਆਣੇ ਆ, ਤੇ ਸੁਨੇਹਾ ਇਹੋ ਹੀ ਆ ਕਿ ਜਿੱਦਾਂ ਹੁਣ ਭਾਜੀ ਹੋਣਾਂ ਨੇ ਗੀਤ ਕੱਢਿਆ, ਇੱਦਾਂ ਦੇ ਗਾਣੇ ਸੁਣੋ। ਬਿਲਕੁਲ ਜੀ, ਮਤਲਬ ਕਿ ਆਪੇ ਸਮਾਜ ਸੁਧਾਰ ਹੋਊਗਾ, ਕੁਝ ਨਵਾਂ ਮੋੜ ਦੇਈਏ ਬਦਲਾ। ਹਾਂਜੀ, ਤੇ ਜਿੱਦਾਂ ਹੁਣ ਅਸੀਂ TNJ ਰੈਕੋਰਡ ਤੋਂ ਕਰ ਰਹੇ ਹਾਂ ਲਾਂਚ, ਹਨਾ, ਤੇ ਜੇ ਕਿਸੇ ਹੋਰ ਵੀ ਕਿਸੇ ਭੈਣ ਭਰਾ ਨੇ ਜਾਂ ਕਿਸੇ ਨੇ ਕੋਈ ਵਧੀਆ ਪ੍ਰੋਜੈਕਟ ਹੋਣਾ, ਆਪਾਂ ਅੱਗੇ ਵੀ ਇੱਦਾਂ ਦੇ ਵਧੀਆ ਪ੍ਰੋਜੈਕਟ ਰਿਲੀਜ਼ ਕਰਦੇ ਰਹਾਂਗੇ। ਤੁਸੀਂ ਬਿਲਕੁਲ ਜੀ, ਅਸੀਂ ਇਹੀ ਉਮੀਦ ਕਰਦੇ, ਆਸ ਕਰਦੇ ਹਾਂ ਸਾਡੇ ਸਾਰੇ ਸੁਣਨ ਵਾਲੇ ਇਹਨਾਂ ਦੇ ਇਸ ਗਾਣੇ ਨੂੰ ਭਰਵਾ ਹੁੰਗਾਰਾ ਦੇਣਗੇ ਜੀ, ਸ਼ੇਅਰ ਕਰਨਗੇ ਜੀ, ਸੁਣਨਗੇ। ਇਹਨਾਂ ਵੀ ਦੋਸਤਾਂ ਨੇ, ਮਿੱਤਰਾਂ ਨੇ ਰੇਡੀਓ ਤੇ ਇੱਥੇ ਫੋਨ ਕਰਕੇ ਸਾਡੀ ਹੌਸਲਾ ਅਫਜ਼ਾਈ ਕੀਤੀ ਆ, ਮਾਣ ਪਿਆਰ ਦਿੱਤਾ, ਉਹਨਾਂ ਦੇ ਬੜੇ ਤਹਿਤ ਨੂੰ ਸ਼ੁਕਰ ਗੁਜ਼ਾਰ ਹਾਂ, ਔਰ ਸਾਰੇ ਹੀ ਸਰੋਤਿਆਂ ਦੇ ਬੜੇ ਤਹਿਤ ਨੂੰ ਸ਼ੁਕਰ ਗੁਜ਼ਾਰ ਹਾਂ ਜੀ।
ਥੈਂਕ ਯੂ ਵੈਰੀ ਮੱਚ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਤਹਿ ਦਿਲੋਂ ਧੰਨਵਾਦੀ ਹਾਂ ਜੀ ਤੁਹਾਡੇ ਨਾਲ ਰੂਬਰੂ ਹੋ ਕੇ ਸਾਨੂੰ ਵੀ ਬਹੁਤ ਖੁਸ਼ੀ ਲੱਗੀ ਤੁਸੀਂ ਬਹੁਤ ਰੌਣਕਾਂ ਲਾਈਆਂ ਜੀ ਇੱਥੇ ਤਹਿ ਦਿਲੋਂ ਧੰਨਵਾਦੀ ਹਾਂ ਚੁੰਨੀ ਗੀਤ ਨੂੰ ਕਰੋ ਸਪੋਰਟ ਵੱਧ ਤੋਂ ਵੱਧ ਬਿਲਕੁਲ ਜੀ ਇੱਕ ਵਾਰੀ ਜੇ ਕਹੋ ਤੁਹਾਡਾ ਗਾਣਾ ਫੇਰ ਸੁਣਾ ਦਿੰਦੇ ਮੁਲਾਕਾਤ ਸਮਾਪਤ ਹੈ ਜੀ ਤੇ ਆਪਣਾ ਰੱਖਿਓ ਖਿਆਲ ਜੀ ਹੈਵ ਅ ਨਾਈਸ ਵੀਕੈਂਡ ਟੇਕ ਕੇਅਰ ਰੱਬ ਰੱਖਾ ਤੇ ਆਪਾਂ ਇੱਕ ਵਾਰੀ ਫੇਰ ਤੁਹਾਨੂੰ ਇਹਨਾਂ ਦੀ ਆਵਾਜ਼ ਦੇ ਵਿੱਚ ਜਿਹੜਾ ਗਾਣਾ ਜੀ ਉਹ ਸੁਣਾਉਣ ਜਾ ਰਹੇ ਹਾਂ ਉਮੀਦ ਕਰਦੇ ਤੁਸੀਂ ਕਰੋਗੇ ਜਿਸ ਨੂੰ ਪਸੰਦ ਤੇ ਸ਼ੇਅਰ ਵੀ ਕਰੋਗੇ ਜਿਵੇਂ ਇਹਨਾਂ ਨੇ ਕਿਹਾ ਤੇ ਥੈਂਕ ਯੂ ਵੈਰੀ ਮੱਚ ਤੁਹਾਡਾ ਸਾਰਿਆਂ ਦੇ ਅਜੇ ਵੀ ਕੋਲਾਂ ਆ ਰਹੀਆਂ ਜਿਨ੍ਹਾਂ ਨੇ ਕੋਲ ਕੀਤੀਆਂ ਇਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਵੀਰਾਂ ਭਰਾਵਾਂ ਦੇ ਸਾਰਿਆਂ ਦੇ ਤਹਿ ਦਿਲੋਂ ਧੰਨਵਾਦੀਆਂ ਜੀ ਠੀਕ ਹੈ ਰੱਬ ਰੱਖਾ ਹੈਵ ਅ ਨਾਈਸ ਵੀਕਐਂਡ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮੱਚ
कपड़ा नहीं इज्जत बनावे इज्जत बनावे उन्नी गज दो कपड़ा नहीं कपड़ा नहीं इज्जत बनावे इज्जत बनावे। प्यारे दर्शकों जेकर तुसी साडी इस वीडियो नू पसंद करते हो तो सानू थम्स अप दा रिस्पोंस दियो और साडे चैनल नू सबसक्राइब करो। बहुत बहुत शुक्रिया मेहरबानी। लव दोस्तो जे तुसी रज के देसी डीजे नू बुक करना चाहुंदे हो तो परगम पंडाल नाल संपर्क पता करो इस नंबर ते 07835640857। थैंक यू वेरी मच।